ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਕੀ ਹਾਲ ਪੰਜਾਬ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਪੰਜਾਬ ਦਾ ਹਾਲ ਕੀ ਹੈ, ਅਤੇ ਨਾਲ ਹੀ ਉਹ ਸਵਾਲ ਚੁੱਕਦੇ ਹਾਂ ਜੋ ਪੰਜਾਬ ਦੇ ਲਈ ਅਹਿਮ ਨੇ। ਅਤੇ ਅੱਜ ਇੱਕ ਤਾਜ਼ਾ ਮੁੱਦਾ ਉੱਠਿਆ, ਕੁਛ ਰਾਗੀ ਸਿੰਘਾਂ ਵੱਲੋਂ ਇੱਕ ਭਜਨ ਗਾਇਨ ਕੀਤਾ ਗਿਆ ਸੀ, ਇੱਕ ਸ਼ਬਦ ਗਾਇਨ ਕੀਤਾ ਗਿਆ ਸੀਗਾ, ਅਤੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਜ਼ਿਕਰ ਸੀ, ਉਹਨਾਂ ਬਾਰੇ ਹੀ ਗਾਇਨ ਕੀਤਾ ਗਿਆ ਸੀ, ਅਤੇ ਉਹਦੇ 'ਤੇ ਇੱਕ ਵਿਵਾਦ ਉੱਠਿਆ। ਉਹ ਵਿਵਾਦ ਕਿਉਂ ਉੱਠਿਆ, ਕੀ ਉਹਦੇ ਵਿੱਚ ਸੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਿੱਖ ਧਰਮ ਬਾਰੇ ਜੇ ਗੱਲ ਕਰੀਏ ਤਾਂ ਸਿੱਖ ਪੰਥ ਦੀ ਜਦੋਂ ਸ਼ੁਰੂਆਤ ਹੋਈ ਹੈ, ਗੁਰੂ ਨਾਨਕ ਦੇਵ ਜੀ ਉਹਨਾਂ ਨੇ ਪਖੰਡਾਂ ਤੋਂ ਦੂਰ ਹੋਣ ਦੀ ਗੱਲ ਕੀਤੀ, ਉਹਨਾਂ ਨੇ ਜਨੇਊ ਨਾ ਪਾਉਣ ਦੀ ਗੱਲ ਕੀਤੀ, ਅਤੇ ਨੌਵੇਂ ਗੁਰੂ ਜਦੋਂ ਉਸੇ ਜਨੇਊ ਦੇ ਲਈ ਉਹਨਾਂ ਨੇ ਕੁਰਬਾਨੀ ਵੀ ਦਿੱਤੀ, ਇੱਕ ਮੈਸੇਜ ਦਿੱਤਾ ਕਿ ਨਾ ਤਾਂ ਜ਼ਬਰਦਸਤੀ ਜਨੇਊ ਪਵਾਏ ਜਾਣੇ ਚਾਹੀਦੇ ਅਤੇ ਨਾ ਲਵਾਏ ਜਾਣੇ ਚਾਹੀਦੇ ਆ, ਅਤੇ ਇੱਕ ਸੋਵਰੈਨਿਟੀ ਦੀ ਗੱਲ ਕੀਤੀ ਕਿ ਧਰਮ ਤੁਹਾਡਾ ਨਿੱਜੀ ਮਸਲਾ ਹੈ ਅਤੇ ਉਹਨੂੰ ਨਿੱਜੀ ਹੀ ਰਹਿਣਾ ਚਾਹੀਦਾ। ਅਤੇ ਉਹ ਗੁਰੂਆਂ ਦੀ ਜਿਹੜੀ ਸਿੱਖਿਆ ਦਿੱਤੀ ਹੋਈ ਹੈ ਹੁਣ ਤੱਕ ਸਾਡੇ ਤੱਕ ਆਉਂਦੇ ਆਉਂਦੇ, ਅਸੀਂ ਉਹਨੂੰ ਕਿੰਨਾ ਕੁ ਅਸੈਪਟ ਕਰ ਪਾਏ ਹਾਂ ਅਤੇ ਕਿੰਨਾ ਕੁ ਉਸ ਰਾਹ 'ਤੇ ਚੱਲ ਪਾਏ ਹਾਂ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜੋ ਤਾਜ਼ਾ ਮੁੱਦਾ ਹੈ ਇਹਦੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ, ਸਿਆਸੀ ਮਾਹਰ ਨੇ, ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਿੱਖੀ ਦੇ ਸਿਧਾਂਤਾਂ ਬਾਰੇ ਵੀ ਗੱਲਬਾਤ ਕਰਦੇ ਨੇ, ਸਿੱਖੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਅਤੇ ਲੋਕਾਂ ਤੱਕ ਦੱਸਣ ਦੇ ਵਿੱਚ ਵੀ ਮਾਹਰ ਨੇ। ਭਾਈ ਮਨਜੀਤ ਸਿੰਘ ਜੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਪ੍ਰਧਾਨਗੀ ਵੀ ਕੀਤੀ ਹੈ ਲੰਬੇ ਸਮੇਂ ਤੱਕ, ਅਤੇ ਸਿੱਖੀ ਨੂੰ ਬਹੁਤ ਨੇੜੇ ਤੋਂ ਨਜ਼ਦੀਕ ਤੋਂ ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਜ਼ਿੰਦਗੀ 'ਚ ਕਿਵੇਂ ਲਿਆਇਆ ਜਾਣਾ ਚਾਹੀਦਾ, ਕਿਵੇਂ ਵਿਹਾਰ 'ਚ ਲਿਆਇਆ ਜਾਣਾ ਚਾਹੀਦਾ, ਉਹਦੇ ਬਾਰੇ ਵੀ ਇਹ ਗੱਲਬਾਤ ਕਰਦੇ ਹਾਂ ਅਤੇ ਸਿੱਖੀ ਸਿਧਾਂਤਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਸਰ। ਬਹੁਤ ਬਹੁਤ ਧੰਨਵਾਦ। ਭਾਈ ਮਨਜੀਤ ਸਿੰਘ ਜੀ ਤੋਂ ਮੈਂ ਇੱਕ ਸਵਾਲ ਇਹ ਕਰਨਾ ਚਾਹੂੰਗਾ, ਕਿਉਂਕਿ ਸਿੱਖੀ ਨੂੰ ਇੱਕ ਖਤਰਾ ਦੱਸ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਦੱਸ ਕੇ ਇਹ ਵਿਵਾਦ ਨੂੰ ਵੱਡਾ ਕੀਤਾ ਗਿਆ, ਅਤੇ ਕੀ ਇਹ ਵਿਵਾਦ ਹੈ ਕੀ? ਦੇਖੋ, ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਿੱਖੀ ਨੂੰ ਕਦੇ ਵੀ ਕੋਈ ਖਤਰਾ ਨਹੀਂ ਹੋਇਆ। ਜੀ, ਖਤਰਾ ਉਹਨਾਂ ਲੋਕਾਂ ਤੋਂ ਆ ਜਿਹੜੇ ਸਿੱਖੀ ਤੋਂ ਮੁਨਕਰ ਨੇ, ਜਿਹੜੇ ਸਿੱਖੀ ਦੇ ਵਿਰੁੱਧ ਬੋਲਦੇ ਆ, ਜਿਹੜੇ ਸਿੱਖੀ ਨੂੰ ਧਾਰ ਨਹੀਂ ਕਰਦੇ। ਔਰ ਸਿੱਖੀ ਨੂੰ ਕਦੇ ਵੀ ਖਤਰਾ ਨਹੀਂ ਹੋਇਆ, ਕਿਉਂਕਿ ਸਿੱਖ ਜਿਹੜੇ ਆ ਉਹਨਾਂ ਹਮੇਸ਼ਾ ਹੀ ਹੱਕ ਅਤੇ ਸੱਚ ਦੀ ਲੜਾਈ ਜਿਹੜੀ ਆ ਲੜੀ ਹੈ। ਔਰ ਕੁਛ ਲੋਕ ਐਸੇ ਨੇ ਜਿਹੜੇ ਜਿਸ ਤਰ੍ਹਾਂ ਤੁਸੀਂ ਕੀਰਤਨ ਦੀ ਗੱਲ ਦੱਸੀ ਹੈ ਕਿ ਸਾਡੇ ਰਾਗੀ ਸਿੰਘਾਂ ਨੇ ਉੱਥੇ ਕੀਰਤਨ ਜਿਹੜਾ ਸੀ ਉਹ ਦੂਸਰੀਆਂ ਧਾਰਨਾਂ ਵਿੱਚ ਕੀਤਾ ਹੈ, ਉਹਨਾਂ ਬਾਰੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਈ ਵਾਰ ਜਿਹੜੇ ਬੁਲਾਰੇ ਨੇ ਚਾਹੇ ਰਾਗੀ ਸਿੰਘ ਨੇ ਉਹ ਸਮੇਂ ਦੇ ਮੁਤਾਬਕ ਜਿਹੜਾ ਹੈ ਨਾ ਉਹ ਸ਼ਬਦ ਜਿਹੜਾ ਉੱਥੇ ਪੜ੍ਹਨਾ ਹੁੰਦਾ ਉਹਦਾ ਪੜ੍ਹਦੇ ਨਹੀਂ ਗਏ, ਲੇਕਿਨ ਮੌਜੂਦਾ ਜਿਹੜੇ ਉੱਥੇ ਸਰਕਮਸਟਾਂਸਿਸ ਹੁੰਦੇ ਆ ਉਹਨਾਂ ਦੇ ਹਾਲਾਤ ਵੇਖ ਕੇ ਉਹਦੇ ਮੁਤਾਬਕ ਸ਼ਬਦ ਨੂੰ ਜਿਹੜਾ ਪੜ੍ਹ ਦਿੰਦੇ ਆ, ਕਿਉਂਕਿ ਗੁਰਬਾਣੀ ਤਾਂ ਕਹਿੰਦੀ ਆ ਸੱਚ ਸੁਣਾਏ ਸੀ ਸੱਚ ਕੀ ਬੇਲਾ। ਔਰ ਗੁਰਬਾਣੀ ਏਡੀ ਵੱਡੀ ਵਿਸਥਾਰ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਵੀ ਜਿੰਨਾ ਕੁਛ ਮਰਜ਼ੀ ਸ਼ਬਦ ਚੋਂ ਪੜ੍ਹੀ ਜਾਈਏ, ਜਿਹੜੇ ਮਰਜ਼ੀ ਸ਼ਬਦ ਪੜ੍ਹੀ ਜਾਈਏ, ਜਿਹੜੇ ਮੌਕੇ ਦੇ ਮਰਜ਼ੀ ਸ਼ਬਦ ਪੜ੍ਹੀ ਜਾਈਏ, ਕਦੇ ਜਿਹੜੀ ਆ ਉਹ ਸ਼ਬਦ ਕਦੇ ਮੁੱਕਦੇ ਨਹੀਂ। ਲੇਕਿਨ ਅਸੀਂ ਕਈ ਵਾਰ ਕਈ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਕਈ ਵਾਰ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ, ਕਈ ਵਾਰ ਮਾਇਆ ਲੈਣ ਵਾਸਤੇ, ਕਈ ਵਾਰ ਸਾਡੇ ਇਹੋ ਜਿਹੇ ਜਿਹੜੇ ਕਈ ਸਿੰਘ ਨੇ ਉਹ ਇਹੋ ਜਿਹੇ ਸ਼ਬਦ ਪੜ੍ਹ ਦਿੰਦੇ ਆ। ਲੇਕਿਨ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇਹਦੇ 'ਚ ਕੋਈ ਦੋ ਰਾਇਆਂ ਨਹੀਂ ਹੈਗੀਆਂ, ਕਿਉਂਕਿ ਹਿੰਦੂ ਧਰਮ ਦਾ ਵੀ ਸਤਿਕਾਰ ਕਰਦੇ ਹਾਂ, ਮੁਸਲਮਾਨ ਧਰਮ ਦਾ ਵੀ ਕਰਦੇ ਹਾਂ, ਈਸਾਈ ਧਰਮ ਦਾ ਵੀ ਕਰਦੇ ਹਾਂ, ਕਿਉਂਕਿ ਸਾਡੇ ਧਰਮ ਦੇ ਵਿੱਚ ਤਾਂ ਸਾਰਿਆਂ ਨੂੰ ਹੀ ਇਹ ਗੱਲ ਕਹੀ ਆ ਕਿ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਾਡੇ ਤਾਂ ਧਰਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ। ਲੇਕਿਨ ਇਹੋ ਜਿਹੇ ਸ਼ਬਦ ਬਹੁਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਿਹੜੇ ਉੱਥੇ ਢੁਕਵੇਂ ਟਾਈਮ ਤੇ ਪੜ੍ਹੇ ਜਾ ਸਕਦੇ ਸੀ, ਲੇਕਿਨ ਗੁਰਬਾਣੀ ਨੇ ਵਾਰ ਵਾਰ ਜਿਹੜੇ ਹੈਗੇ ਆ ਨਾ ਉਹ ਖੰਡਨ ਕੀਤਾ, ਕਿਸ਼ਨ ਬਿਸ਼ਨ ਕਬੂ ਨਾ ਧਿਆਉਂ ਜੋ ਬਰ ਚਾਹੂੰ ਤੁਮ ਤੇ ਪਾਉਂ। ਸੋ ਅਸੀਂ ਜੇ ਇਹੋ ਜਿਹੇ ਸ਼ਬਦ ਪੜ੍ਹਦੇ ਹਾਂ, ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਤੇ ਉਹਦੇ ਨਾਲ ਸਾਡਾ ਸਿੱਖ ਸਿਧਾਂਤ ਜਿਹੜਾ ਹੈ ਉਹਨੂੰ ਜ਼ਰੂਰ ਸੱਟ ਵੱਜਦੀ ਆ। ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਹੈਗੇ, ਕਿਸੇ ਮਜ਼ਹਬ ਦੇ ਖਿਲਾਫ਼ ਨਹੀਂ ਹੈਗੇ, ਲੇਕਿਨ ਜਦੋਂ ਇਹੋ ਜਿਹੀਆਂ ਗੱਲਾਂ ਸਾਡੇ ਰਾਗੀ ਸਿੰਘ ਕਰਦੇ ਆ ਜਿਹਨਾਂ ਤੋਂ
ਅਸੀਂ ਬਹੁਤ ਵਧੀਆ ਤਵੱਕੋ ਰੱਖਦੇ ਹਾਂ ਕਿ ਉਹ ਸਾਨੂੰ ਚੰਗੀ ਸਿੱਖਿਆ ਚੰਗੇ ਸ਼ਬਦ ਸੁਣਾ ਕੇ ਗੁਰੂ ਦੇ ਲੜ ਲਾਉਂਦੇ ਆ, ਤੇ ਜੇ ਉਹੀ ਰਾਹ ਕਿਰਾਏ ਪੈ ਰਹੇ ਜਿਹੜੇ ਰਾਹ ਪਾਉਣ ਵਾਲੇ ਆ, ਤਾਂ ਮੈਂ ਸਮਝਦਾ ਹਾਂ ਕਿ ਸਾਡੇ ਸਿੱਖੀ ਸਿਧਾਂਤ ਨੂੰ ਤੇ ਸਿੱਖੀ ਪਰੰਪਰਾ ਜਿਹੜੀਆਂ ਨੇ ਸਾਨੂੰ ਉਹਨੂੰ ਬਹੁਤ ਵੱਡੀ ਸੱਟ ਜਿਹੜੀ ਆ ਉਹ ਵੱਜਦੀ ਹੈ। जी प्रोफेसर मनजीत सिंह जी, जो ये पूरा मसला सीगा, जो मामला सी, भाई भाई साहब ने भी समझाया कि ये उन्होंने नहीं करना चाहिए सी, ये इन वालों कहा जा रहा, पर की लगता है कि वह सिखी सिद्धांतों ते जां सिखी लई खतरा किवें हो सकता है, क्योंकि उहदे विच शायद उन्होंने पखंड या मूर्ति पूजन या इहो जी चीज़ नूं भी उन्होंने प्रमोट तो नहीं किया, पर उन्होंने गायन किया जो भजन वो गुरु ग्रंथ साहिब दे विच है नहीं सी। ਮੈਨੂੰ ਇਹ ਚੰਗੀ ਗੱਲ ਲੱਗੀ ਆ ਕਿ ਤੁਸੀਂ ਉਹ ਕਲੀਅਰ ਕਰਤਾ, ਨਹੀਂ ਤੇ ਮੈਂ ਭਾਈ ਮਨਜੀਤ ਸਿੰਘ ਹੋਣਾ ਤੋਂ ਪੁੱਛਣਾ ਸੀਗਾ ਵੀ ਜਿਹੜਾ ਵੀ ਉੱਥੇ ਸ਼ਬਦ ਕੀਰਤਨ ਕੀਤਾ ਗਿਆ ਉਸ ਕੀਰਤਨ ਦੇ ਰਾਗਾਂ ਦੇ ਵਿੱਚ ਕਹਿ ਲਓ ਇਸ ਕਿਸਮ ਦਾ ਪ੍ਰਭਾਵ ਹੈ ਘੱਟੋ ਘੱਟ, ਭਾਵੇਂ ਉਹ ਕੋਈ ਰਾਗ ਹੈ ਜਾਂ ਨਹੀਂ ਹੈ, ਮੈਂ ਤੇ ਮਾਹਰ ਨਹੀਂ ਹਾਂ ਮਿਊਜ਼ਿਕ ਦਾ। ਉਹਦੇ 'ਚੋਂ ਇੰਝ ਲੱਗਦਾ ਸੀ ਕਿ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਕੋਈ ਕੀਰਤਨ ਕੀਤਾ ਗਿਆ ਜਿਹੜਾ ਕਿ ਕ੍ਰਿਸ਼ਨ ਨਾਲ ਸੰਬੰਧਿਤ ਹੈ, ਪਰ ਤੁਸੀਂ ਕਲੀਅਰ ਕਰਤਾ ਵੀ ਇਹ ਉੱਥੇ ਨਹੀਂ ਹੈ। ਜੀ ਰਹੀ ਦੂਸਰੀ ਗੱਲ ਵੀ ਕ੍ਰਿਸ਼ਨ ਦੀ ਮਹਿਮਾ ਕੀਤੀ ਗਈ, ਜੀ ਜਿੱਥੇ ਤੱਕ ਭਾਰਤੀ ਸੱਭਿਆਚਾਰ ਹੈ, ਕ੍ਰਿਸ਼ਨ ਦਾ ਇੱਕ ਮਿੱਥ ਜਾਂ ਉਹ ਸਾਡੇ ਸਾਰੇ ਸਾਹਮਣੇ ਮਹਾਂਭਾਰਤ ਵਿੱਚ ਹੋਰ ਸਾਰਾ ਦਿਖਦਾ ਸਾਨੂੰ, ਉੱਥੇ ਤੱਕ ਵੀ ਜੇ ਕਿਸੇ ਨੇ ਕੀਤਾ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਇਹ ਤੇ ਹੋ ਜਾਣਾ ਚਾਹੀਦਾ ਕਿ ਸਾਨੂੰ ਦੇਖੋ ਜੀ ਕ੍ਰਿਤੀਆਂ 'ਚ ਨਹੀਂ ਕਰਨਾ ਚਾਹੀਦਾ, ਆਪਣੇ ਜਿਹੜੇ ਸਾਡਾ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਸ ਕਿਸਮ ਦੇ ਸ਼ਬਦਾਵਲੀ ਜਾਂ ਜਿਸ ਕਿਸਮ ਦਾ ਸਾਰਾ ਕੁਝ ਦਿੱਤਾ ਤੁਸੀਂ ਉਹ ਕਰ ਲਓ। ਉੱਥੇ ਬਥੇਰੀ ਰਾਮ ਜੀ ਦੀ ਮਹਿਮਾ ਹੈਗੀ ਹੈ ਬਾਰ ਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਾਲਾਂਕਿ ਉਸ ਰਾਮ ਦੀ ਨਹੀਂ ਜਿਹੜੀ ਬੀਜੇਪੀ ਜਾਂ ਹੋਰ ਕੋਈ ਰਾਮ ਇਹ ਕਿਲਕਰੀਆਂ ਮਾਰਦੇ ਆ ਬਾਰ ਬਾਰ ਹੈ ਜੈ ਸ਼੍ਰੀ ਰਾਮ ਕਰਕੇ, ਇਹਨਾਂ ਦੇ ਮਨ 'ਚ ਰਾਮ ਹੋ ਰਿਹਾ, ਸਾਡੇ ਮਨ 'ਚ ਰਾਮ ਉਹ ਆ ਜਿਹੜਾ ਸਰਵ ਵਿਆਪਕ ਰੱਬ ਦਾ ਰੂਪ ਹੈਗਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਾਰ ਵਾਰ ਆਉਂਦਾ। ਜੇ ਉਸ ਕੰਟੈਕਸਟ 'ਚ ਕਿਤੇ ਕ੍ਰਿਸ਼ਨ ਮਹਾਰਾਜ ਦਾ ਆਉਂਦਾ ਹੈ, ਕਿਤੇ ਨਾਮ ਆਉਂਦਾ, ਤੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਆ ਉਹ ਸਾਰਿਆਂ ਨੂੰ ਸੰਬੋਧਨ ਵੀ ਕਰਦੀ ਆ, ਹਰ ਕਿਸਮ ਦੇ ਧਰਮ ਨੂੰ, ਮੋਰਲ ਅਪੀਲ ਨੂੰ, ਹਰ ਕਿਸਮ ਦਾ ਜਿਹੜਾ ਉਦੋਂ ਉਸ ਕਿਸਮ ਦੀ ਧਾਰਮਿਕ ਮਹਿਮਾ ਚਾਰੇ ਪਾਸੇ ਚੱਲ ਰਹੀ ਸੀ ਉਹਨੂੰ ਸੰਬੋਧਿਤ ਹੁੰਦੇ ਆ, ਔਰ ਜਿਹੜੀਆਂ ਕੁਰੀਤੀਆਂ ਉਹਨੂੰ ਰਿਜੈਕਟ ਵੀ ਕਰਦੇ ਜਿਵੇਂ ਤੁਸੀਂ ਵੀ ਕਿਹਾ। ਜੀ ਮੈਨੂੰ ਲੱਗਦਾ ਕਿ ਉਹਦੇ 'ਚ ਕੋਈ ਦੇਖੋ ਹਾਹਾਕਾਰ ਕਰਨ ਵਾਲੀ, ਹਾਏ ਵੋਏ ਸਾਡਾ ਧਰਮ ਨੂੰ ਇੰਜ ਹੋ ਗਿਆ, ਇੰਜ ਹੋ ਗਿਆ, ਆਹ ਨਹੀਂ ਹੋਣਾ ਚਾਹੀਦਾ, ਇਹ ਤੇ ਨਹੀਂ ਹੋਣਾ ਚਾਹੀਦਾ। ਸੱਚੀ ਗੱਲ ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਉਹ 3 ਵਾਰੀ ਸ਼ਬਦ ਸੁਣਿਆ ਵੀਡੀਓ ਜਦੋਂ ਮੇਰੇ ਕੋਲ ਆਈ, ਔਰ ਮੈਨੂੰ ਉਹ ਸੁਣਨ ਦੇ ਨਾਲ ਅਸਲ 'ਚ ਕੋਈ ਬੁਰਾ ਨਹੀਂ ਲੱਗਾ, ਜਾਂ ਕੋਈ ਮੇਰੇ ਕੋਲ ਮੇਰੇ ਮਨ 'ਚ ਇੰਝ ਨਹੀਂ ਆਇਆ ਵੀ ਆਹ ਕੀ ਕਰਦਾ। ਔਰ ਸੁਣਨ ਤੋਂ ਬਾਅਦ ਮੈਂ ਆਪਣੇ ਬੱਚੇ ਨੂੰ ਵੀ ਸੁਣਾਇਆ, ਉਹ ਵੀ ਕਾਲਜ ਗੋਇੰਗ ਹੈਗਾ ਆ, ਮੈਂ ਕਿਹਾ ਵੀ ਅੱਜ ਤੂੰ ਵੀ ਸੁਣ, ਸਗੋਂ ਹੋਰਨਾਂ ਨੂੰ ਵੀ ਇੱਕ ਦੋ ਸੁਣਾਇਆ ਵੀ ਅੱਜ ਅਸੀਂ ਥੋੜੇ ਅਮਿਊਜ਼ਡ ਵੀ ਹੋਏ, ਜਾਣੀ ਖੁਸ਼ ਵੀ ਹੋਏ ਵੀ ਚਲੋ ਹੁਣ ਇਹਨਾਂ ਨੇ ਆਹ ਕੰਮ ਕੀਤਾ, ਨਾਲ ਸਾਨੂੰ ਕੋਈ ਇਹੋ ਨਹੀਂ ਲੱਗਾ ਕਿ ਨਫ਼ਰਤ ਗੁੱਸਾ ਹਾਏ ਤੋਂ ਬਾਅਦ। ਹਾਂ ਮੇਰੇ ਮੁੰਡੇ ਨੇ ਕਿਹਾ ਵੀ ਬਾਕੀ ਤੇ ਚਲੋ ਕੋਈ ਗੱਲ ਨਹੀਂ ਹੈ, ਸਗੋਂ ਇਹ ਤੇ ਉਸ ਰੋ ਰੀਤਾਂ ਦਾ ਸਿੱਖੀਕਰਨ ਹੋ ਰਿਹਾ, ਕਿਉਂਕਿ ਸਿੱਖ ਮਰਿਆਦਾ ਦੇ ਵਿੱਚ ਸ਼ਬਦਾਂ ਦੀ ਉਸ ਸ਼ਬਦਾਵਲੀ ਦੇ ਵਿੱਚ ਜਾਂ ਉਹਨਾਂ ਰਾਗਾਂ ਦੇ ਵਿੱਚ ਉਸ ਚੀਜ਼ ਨੂੰ ਬੰਨਿਆ ਜਾ ਰਿਹਾ, ਤੇ ਇਹ ਤੇ ਹਿੰਦੂ ਕਰਨ ਹੋਣ ਦੀ ਜਗ੍ਹਾ ਸਿੱਖੀਕਰਨ ਹੋ ਰਿਹਾ। ਜੀ ਇੱਕ ਤੇ ਇਹ ਗੱਲ ਵਿੱਚੋਂ ਨਿਕਲ ਕੇ ਆਈ, ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਥੋੜਾ ਅਜੀਬ ਲੱਗਾ, ਮੇਰਾ ਮੁੰਡਾ ਕਹਿੰਦਾ ਮੈਂ ਨਿੱਜੀ ਗੱਲਾਂ ਕਰਦਾ ਨਹੀਂ ਹੁੰਦਾ, ਗੱਲ ਸਮਝਾਉਣ ਲਈ ਕਰ ਰਿਹਾ, ਇੱਕ ਜਾਣੀ ਲੇ ਮੈਨ ਦੇ ਕੌਣ ਉਹ ਕੋਈ ਇਸ ਤਰ੍ਹਾਂ ਦੇ ਹੈ ਨਹੀਂ ਛੋਟਾ ਹੈ। ਜੀ ਉਹਨੇ ਇਹ ਗੱਲ ਕਹੀ ਕਿ ਦੇਖੋ ਪਰ ਆ ਜਿਹੜੀ ਨਾਲ ਵੀਡੀਓ ਦੇ ਵਿੱਚ ਕ੍ਰਿਸ਼ਨ ਮਹਾਰਾਜ ਦੀ ਉਹ ਬੁੱਤ ਦਿਖਾ ਰਹੇ ਆ, ਤੇ ਜੇ ਉਹਦੇ ਸਾਹਮਣੇ ਕੀਰਤਨ ਕਰ ਰਹੇ ਹਾਰਮੋਨੀਅਮ ਲੈ ਕੇ, ਤੇ ਫਿਰ ਇਹ ਗੱਲ ਠੀਕ ਨਹੀਂ ਹੈ। ਸਾਨੂੰ ਸਿੱਖੀ ਦੇ ਵਿੱਚ ਇਹ ਚੀਜ਼ ਵਰਜਿਤ ਹੈਗੀ ਕਿ ਅਸੀਂ ਕਿਸੇ ਮੂਰਤੀ ਪੂਜਾ ਦੀ, ਹੋਰ ਕਿਸੇ ਪਖੰਡ ਦੀ ਜਾਂ ਬੁੱਤ ਪੂਜਾ ਦੀ ਕਿਸੇ ਦੀ, ਅਸੀਂ ਇਹ ਨਹੀਂ ਹੈ, ਨਾ ਇਸਲਾਮ 'ਚ ਆ ਨਾ ਸਿੱਖੀ ਦੇ ਵਿੱਚ ਹੈ, ਅਸੀਂ ਤੇ ਸ਼ਬਦ ਗੁਰੂ ਮੰਨਦੇ ਹਾਂ, ਉਸਨੂੰ ਹੀ ਨਤਮਸਤਕ ਹੁੰਦੇ ਹਾਂ, ਵਿਚਾਰਾਂ ਨੂੰ ਨਤਮਸਤਕ ਹੁੰਦੇ ਹਾਂ ਜਿਹੜੇ ਉੱਥੇ ਹੈ, ਤੇ ਉਸਨੂੰ ਹੀ ਆਪਣੇ ਰਹਿਨਮਾ ਸਮਝਦੇ। ਇਹ ਗੱਲ ਮੈਨੂੰ ਠੀਕ ਲੱਗੀ ਇੱਥੇ ਤੱਕ, ਮੇਰਾ ਤੇ ਅਮਨਦੀਪ ਹਾਏ ਤੋਬਾ ਕਰਨ ਨਾਲੋਂ ਇੰਨਾ ਕੀ ਹੈ
ਕਿ ਜੇ ਇਹ ਕੁਝ ਹੋ ਰਿਹਾ ਆਪਾਂ ਜੀ ਦੂਜਿਆਂ ਤੇ ਉਂਗਲੀ ਉਠਾਉਣ ਲਈ ਉਠਾਉਣ ਦੀ ਜਗ੍ਹਾ ਪਾਰ ਪਾਰ ਮੇਰੇ ਵੀਰ ਭਾਈ ਮਨਜੀਤ ਸਿੰਘ ਜਾਂ ਹੋਰ ਵੀ ਜਿਹੜੇ ਐਚ ਜੀ ਪੀ ਸੀ ਦੇ ਸਾਡੇ ਬਹੁਤ ਹੀ ਆਦਰ ਵਾਲੇ ਸਨਮਾਨ ਵਾਲੇ ਮੈਂਬਰ ਸਾਹਿਬਾਨ ਹੈ ਉਹਨਾਂ ਨੂੰ ਸੋਚਣਾ ਬਣਦਾ ਕਿ ਇਹ ਜੀ ਕਿਉਂ ਇੰਝ ਕੀ ਹੋ ਰਿਹਾ। ਜੀ ਬਾਕੀ ਗੱਲ ਛੱਡੋ, ਮੈਂ ਲਾਸਟ ਗੱਲ ਕਹਿਣ ਲੱਗਾ, ਇਹ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਬਾਰ ਬਾਰ ਕਹਿੰਦੇ ਆ ਕਿ ਦੇਖੋ ਜੀ ਸਾਡੇ ਈਸਾਈ ਮਤ ਬਹੁਤ ਫੈਲ ਰਹੇ ਆ, ਜੀ ਕਿਉਂ ਨਾ ਫੈਲੇ, ਫੈਲੂਗਾ ਜੀ। ਅਸੀਂ ਕਿਸੇ ਗਰੀਬ ਗੁਰਬੇ ਤੱਕ ਉਸ ਨੂੰ ਉਸ ਦੇ ਨਫ਼ਰਤ ਦੇ ਜਾਲ ਤੋਂ ਬਾਹਰ ਨਹੀਂ ਕੱਢ ਸਕੇ, ਜਿਹੜੀ ਸਮਾਜਿਕ ਨਫ਼ਰਤ ਸਮਾਜ ਵਿੱਚ ਦਿਖਾਈ ਜਾਂਦੀ ਹੈ, ਤਾਂ ਉਹ ਜਿੱਥੇ ਉਹਨਾਂ ਨੂੰ ਇੱਜ਼ਤ ਮਾਣ ਮਿਲੂਗੀ ਉੱਥੇ ਜਾਣਾ ਚਾਹੀਦਾ, ਮੈਂ ਆਪ ਕਹੂੰਗਾ। ਇਸ ਕਰਕੇ ਆਪਾਂ ਆਪਣੇ ਨੁਕਸ ਵੀ ਜਿਹੜੇ ਅਸੀਂ ਜਿਸ ਚਾਬੀ ਦਿੱਤੀ ਹੋਈ ਆ, ਸਿੱਖੀ ਦੀ ਵਾਗਡੋਰ ਦਿੱਤੀ ਆ, ਸਿੱਖੀ ਦੀ ਜ਼ਿੰਮੇਵਾਰੀ ਉਹਨੂੰ ਸੰਭਾਲਣ ਦੀ, ਉਹਨੂੰ ਅੱਗੇ ਤੋਰਨ ਦੀ, ਉਸ ਦੇ ਜਿਹੜੇ ਅਸਲੀ ਮੂਲ ਹੈਗੇ ਆ ਕਿ ਜੀ ਕਿਵੇਂ ਆਪਾਂ ਇੱਕ ਸੋਹਣਾ ਬਣਾਉਣਾ, ਸਾਰਾ ਇੱਕ ਦੂਜੇ ਨਾਲ ਪਿਆਰ ਭਰਿਆ ਸਮਾਜ ਬਣਾਉਣਾ, ਇੱਕ ਦੂਜੇ ਦੀ ਇੱਜ਼ਤ ਲਈ, ਇੱਕ ਦੂਜੇ ਲਈ ਕੁਰਬਾਨੀ ਲਈ ਸਮਾਜ ਬਣਾਉਣਾ ਤੇ ਵੰਡ ਕੇ ਛਕਣਾ, ਕਿਰਤ ਕਰਨੀ, ਇਹ ਸਮਾਜ ਜਿਹੜਾ ਸਾਨੂੰ ਦੱਸ ਕੇ ਗਏ ਆ, ਤੇ ਜੇ ਅਸੀਂ ਉਹਦੇ ਵਰਗੇ ਨਹੀਂ ਬਣ ਪਾਏ ਜਾਂ ਉਹਦੇ ਤੋਂ ਅਸੀਂ ਅਲੱਗ ਹੈਗੇ ਹਾਂ, ਤਾਂ ਉਹ ਜ਼ਿੰਮੇਵਾਰੀ ਸਾਡੇ ਜਿਹੜੇ ਰਹਿਨਮਾ ਹੈਗੇ ਸਿੱਖੀ ਦੇ ਉਹਨਾਂ ਦੀ ਬਣਦੀ ਆ। ਇਕੱਲਾ ਆਪਾਂ ਦੂਜੇ ਤੇ ਨਾ ਉਂਗਲ ਉਠਾਇਆ ਕਰੀਏ, ਵਾਰ ਵਾਰ ਆਪਣਾ ਵੀ ਦੇਖੀਏ ਕਿ ਸਾਡੇ 'ਚ ਕੀ ਕਮਜ਼ੋਰੀਆਂ, ਤਾਂ ਹੀ ਅਸੀਂ ਉਹਨਾਂ ਸਾਰੀਆਂ ਕਮੀਆਂ ਪੇਸ਼ੀਆਂ 'ਚੋਂ ਬਾਹਰ ਆ ਸਕਦੇ। ਹਾਂਜੀ ਜੀ, ਭਾਈ ਗੁਰਦਾਸ ਜੀ ਲਿਖਦੇ ਨੇ ਜੋ ਬਹੁਤ ਸਤਿਕਾਰਤ ਨੇ ਸਿੱਖ ਪੰਥ ਦੇ ਵਿੱਚ, ਉਹਨਾਂ ਨੇ ਵੀ ਕ੍ਰਿਸ਼ਨ ਸੁਦਾਮਾ ਦੋਸਤੀ ਬਾਰੇ ਵੀ ਲਿਖਿਆ ਹੋਇਆ, ਉਹਨਾਂ ਨੇ ਚੀਰਹਰਨ ਬਾਰੇ ਵੀ ਲਿਖਿਆ ਜਦੋਂ ਦਰੋਪਦੀ ਕ੍ਰਿਸ਼ਨ ਜੀ ਨੂੰ ਯਾਦ ਕਰਦੀ ਹੈ। ਤਾਂ ਆਪਾਂ ਇਹ ਇੱਥੋਂ ਤਾਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਗੁਰਬਾਣੀ ਦੇ ਵਿੱਚ ਜਾਂ ਗੁਰਬਾਣੀ ਤੋਂ ਬਾਅਦ ਵੀ ਜੋ ਸਿੱਖ ਪੰਥ ਦੇ ਵਿੱਚ ਲਿਖਿਆ ਗਿਆ, ਜੋ ਐਗਜ਼ਾਮਪਲਸ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਰੱਬ ਦੇ ਅਸੀਂ ਨੇੜੇ ਕਿਵੇਂ ਹੋ ਸਕਦੇ ਹਾਂ ਅਤੇ ਰੱਬ ਕਿਵੇਂ ਸਾਰਿਆਂ ਦੇ ਵਿੱਚ ਵਾਸ ਕਰਦਾ ਹੈ। ਅਤੇ ਜਦੋਂ ਇਹ ਗੱਲ ਆਉਂਦੀ ਹੈ ਕਿ ਕਿਸੇ ਕ੍ਰਿਸ਼ਨ ਜੀ ਦੀ ਜਦੋਂ ਗੱਲ ਕਰਦੇ ਹਾਂ, ਕਿਸੇ ਸ਼ਬਦ ਦੇ ਵਿੱਚ ਉਹਨਾਂ ਨੇ ਨਾਮ ਲੈਤਾ ਉਹਨਾਂ ਦਾ ਜਾਂ ਉਹਨਾਂ ਬਾਰੇ ਗਾਇਨ ਕੀਤਾ, ਤਾਂ ਉਦੋਂ ਸਾਡੇ ਲਈ ਖਤਰਾ ਕਿਵੇਂ ਪੈਦਾ ਹੋ ਸਕਦਾ ਭਾਈ ਮਨਜੀਤ ਸਿੰਘ ਜੀ? ਗੱਲ ਖਤਰੇ ਵਾਲੀ ਨਹੀਂ ਗੀ ਜੀ, ਗੱਲ ਸਮਝਣ ਵਾਲੀ ਆ, ਗੱਲ ਸਿਧਾਂਤ ਵਾਲੀ ਆ, ਗੱਲ ਪਰੰਪਰਾ ਵੱਲ ਦੀ ਹੈਗੀ ਹੈ। ਜਦੋਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਅਥਾਹ ਸਮੁੰਦਰ ਆ, ਉਹ ਮੁੱਕ ਗਈ ਅਗਰ ਬਾਣੀ ਸਾਡੇ ਕੋਲੋਂ ਜਾਂ ਸ਼ਬਦ ਖਤਮ ਹੋ ਗਿਆ ਸਾਡੇ ਕੋਲੋਂ, ਜਿਹੜੇ ਟਾਈਮ ਤੇ ਢੁਕਵੇਂ ਸ਼ਬਦ ਜਿਹੜੇ ਨੇ, ਜੇ ਅਸੀਂ ਖੁਸ਼ੀ 'ਚ ਜਾਂਦੇ ਖੁਸ਼ੀ ਦੇ ਸ਼ਬਦ ਪੜ੍ਹਦੇ ਹਾਂ, ਜੇ ਅਸੀਂ ਗਮੀ ਤੇ ਜਾਂਦੇ ਗਮੀ ਦੇ ਸ਼ਬਦ ਪੜ੍ਹਦੇ ਹਾਂ, ਜੇ ਅਸੀਂ ਹੋਰ ਕਿਸੇ ਮਾਹੌਲ 'ਚ ਜਾਂਦੇ ਉੱਥੇ ਉਹੋ ਜਿਹੇ ਸ਼ਬਦ ਜਿਹੜੇ ਆ ਮੌਕੇ ਦੇ ਅਨੁਸਾਰ ਢੁਕਦੇ ਜਿਹੜੇ ਪੜ੍ਹਦੇ ਹਾਂ, ਤੇ ਸਾਡੇ ਕੋਲ ਤਾਂ ਸਾਹ ਸਮੁੰਦਰ ਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਸ਼ਬਦ ਜਿਹੜੇ ਆ ਉਹ ਕਿਤੇ ਸਾਡੇ ਕੋਲ ਕੋਈ ਖਤਮ ਨਹੀਂ ਹੋਏ। ਸੋ ਇਹਦੇ ਨਾਲ ਕੋਈ ਸਿੱਖੀ ਨੂੰ ਖਤਰਾ ਨਹੀਂ, ਇਹ ਤਾਂ ਸਿਰਫ ਇਹ ਗੱਲ ਆ ਕਿ ਉਹਨਾਂ ਰਾਗੀ ਸਿੰਘਾਂ ਦਾ ਇਹ ਫਰਜ਼ ਬਣਦਾ ਸੀਗਾ ਕਿ ਉਹ ਗੁਰਬਾਣੀ ਦੇ ਵਿੱਚੋਂ ਸ਼ਬਦ ਜਿਹੜੇ ਸੀ ਨਾ ਪੜ੍ਹ ਪੜ੍ਹ ਕੇ ਤੇ ਤਾਂ ਧਾਰਨਾ ਦਿੰਦੇ, ਔਰ ਉਹ ਸ਼ਬਦ ਗੁਰਬਾਣੀ ਨਾਲ ਰਿਲੇਟਡ ਪੜ੍ਹਦੇ, ਜਿਹੜੇ ਸਾਡੀ ਮਰਿਆਦਾ, ਜਿਹੜੀ ਸਾਡੀ ਸਾਨੂੰ ਰਹਿਤ ਮਰਿਆਦਾ ਕਹਿੰਦੀ ਆ, ਜਿਹੜੀ ਸਿੱਖੀ ਕਹਿੰਦੀ ਹੈ, ਤੋ ਸਿੱਖੀ ਤਾਂ ਸਮੁੰਦਰ ਆ। ਔਰ ਜਿਹੜਾ ਰੌਲਾ ਇਸ ਗੱਲ ਤੇ ਪਿਆ ਹੈ, ਜਿਹੜਾ ਉਹਨਾਂ ਨੇ ਜਾ ਕੇ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਵਿੱਚ ਕੱਚੀ ਬਾਣੀ ਜਿਹੜੀ ਆ ਪੜ੍ਹੀ ਆ ਵਿੱਚ, ਜਿਹੜੇ ਦੂਸਰੀ ਬਾਣੀ ਉਹਨਾਂ ਨੇ ਪੜ੍ਹੀ ਆ, ਕਿਉਂਕਿ ਗੁਰਕੇ ਸਿੱਖਾਂ ਨੂੰ ਕੱਚੀ ਬਾਣੀ ਪੜ੍ਹਨ ਤੋਂ ਜਿਹੜਾ ਰੋਕਿਆ ਹੈ ਗੁਰੂ ਨੇ, ਆਪਣੀ ਜਿਹੜੀ ਕੱਚੀ ਬਾਣੀ ਆ ਉਹ ਨਹੀਂ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਆ। ਔਰ ਧਾਰਨਾ ਲਾ ਕੇ ਦੂਸਰੀ ਬਾਣੀ ਵੀ ਜਿਹੜੇ ਕੋਈ ਲੋਕ ਪੜ੍ਹਦੇ ਨੇ, ਜੀ ਵੇਖੋ ਇੱਕ ਤੋਂ ਗੁਰਬਾਣੀ ਦੀ ਪੜ੍ਹ ਲੈਂਦੇ ਆ ਤੇ ਚਾਰ ਆਪਦੇ ਕੋਲ ਹੋਰ ਲਾ ਲੈਂਦੇ ਨੇ, ਉਹ ਵੀ ਸਾਨੂੰ ਗੁਰੂ ਸਾਹਿਬ ਨੇ ਰੋਕਿਆ ਹੈ ਵੀ ਉਹ ਧਾਰਨਾ ਵੀ ਸਾਨੂੰ ਜਿਹੜੀਆਂ ਨਹੀਂਗੀਆਂ ਲਾਉਣੀਆਂ ਚਾਹੀਦੀਆਂ, ਗੁਰਬਾਣੀ ਹੀ ਜਿਹੜੀ ਆ ਨਾ ਉਹਦੇ ਸ਼ਬਦ ਜਿਹੜੇ ਆ ਨਾ ਸਾਨੂੰ ਗਾਇਨ ਕਰਨੇ ਚਾਹੀਦੇ ਆ। ਔਰ ਇਹਦੇ ਨਾਲ ਕੋਈ ਸਿੱਖੀ ਨੂੰ ਖਤਰਾ ਨਹੀਂ, ਪਰ ਜਦੋਂ ਸਿੱਖੀ ਸਿਧਾਂਤ ਵਾਲਾ ਬੰਦਾ ਇਹੋ ਜਿਹੀ ਗੱਲ ਕਰੂਗਾ ਫਿਰ ਲੋਕ ਉੱਤੇ ਗੁੱਸਾ ਕਰਦੇ ਆ, ਸੰਗਤ ਗੁੱਸਾ ਕਰਦੀ ਆ ਵੀ ਇਹ ਤਾਂ ਯਾਰ ਸਾਰੀ ਗੱਲ ਨੂੰ ਸਮਝਦੇ ਆ, ਇਹ ਤਾਂ ਅੰਮ੍ਰਿਤਧਾਰੀ ਨੇ, ਇਹਨਾਂ ਨੇ ਤਾਂ ਗਾਤਰ ਕੁਰਬਾਨਾਂ ਪਾਈਆਂ ਹੋਈਆਂ, ਔਰ ਇਹ ਸਿੱਖੀ ਸਿਧਾਂਤ ਤੋਂ ਇਹਨਾਂ ਨੂੰ ਬਿਲਕੁਲ ਜਿਹੜੇ ਆ ਇਹ ਜਾਣੂ ਆ, ਅਣਜਾਣ ਨਹੀਂ ਗੇ, ਫਿਰ ਸਿੱਖ ਸੰਗਤ ਦੇ ਵਿੱਚ ਉਸ ਗੱਲ ਦਾ ਜਿਹੜਾ ਗਿਲਾ ਬਣਦਾ ਹੈ। ਇਸ ਕਰਕੇ ਸੰਗਤ ਨੇ ਔਰ ਜਿਹੜੇ ਆ ਉਹ ਗਿਲਾ ਕੀਤਾ ਹੈ, ਔਰ ਐਸ ਜੀ ਪੀ ਸੀ ਨੇ ਵੀ ਕੀਤਾ ਹੈ, ਔਰ ਅਕਾਲ ਤਖ਼ਤ ਸਾਹਿਬ ਵੀ ਇਹਦਾ ਗਿਲਾ ਕਰੂਗੇ। ਸੋ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਰਾਗੀ ਸਿੰਘਾਂ ਨੂੰ ਕਿ ਤੁਸੀਂ ਸਤਿਕਾਰਯੋਗ ਲੋਕ ਤੁਹਾਡੇ ਤੋਂ ਜਿਹੜੇ ਚੰਗੇ ਮਤਲਬ ਸਿੱਖੀ ਸਿਧਾਂਤਾਂ ਦੀ ਗੱਲ ਸੁਣਨੀ ਚਾਹੁੰਦੇ ਹੁੰਦੇ ਆ, ਤੇ ਤੁਸੀਂ ਚਲੋ ਜਾ ਕੇ
ਉੱਥੇ ਹਾਲਾਤ ਵੇਖ ਕੇ ਵੀ ਹਾਲਾਤ ਇੱਥੇ ਇਹੋ ਜਿਹੀ ਮੰਗ ਕਰਦੇ ਆ, ਇਹ ਤਾਂ ਆਪਾਂ ਹਾਲਾਤ ਦੇ ਮੁਤਾਬਕ। ਤੇ ਉੱਥੇ ਫਿਰ ਰਾਮ ਰਾਏ ਵੀ ਜਾ ਕੇ ਢਲ ਗਿਆ ਸੀ, ਤੁਹਾਨੂੰ ਪਤਾ ਨਾ ਜੋ ਦਿੱਲੀ ਦਰਬਾਰ ਚ ਗਏ ਸੀ। ਜੀ ਤੇ ਰਾਮ ਰਾਏ ਨੂੰ ਉਹਨਾਂ ਨੇ ਜਦੋਂ ਪੁੱਛਿਆ ਕਿ ਆਪਣੀ ਗੁਰਬਾਣੀ ਵੀ ਇਹ ਜਿਹੜੀ ਆ ਲਿਖੀ ਆ, ਤੇ ਇਹ ਮੁਸਲਮਾਨ ਕੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਕਿਉਂ ਕਿਹਾ, ਉਹਨੇ ਕਿਹਾ ਇਹ ਗਲਤੀ ਨਾਲ ਲਿਖ ਦਿੱਤੀ ਆ, ਇਹ ਤਾਂ ਮਤਲਬ ਗੁਰਬਾਣੀ ਦੀ ਤੁਕ ਜਿਹੜੀ ਐ ਨੀ ਇਸ ਤਰ੍ਹਾਂ ਸੀ, ਇਹ ਬੇਈਮਾਨ ਦੀ ਮਿੱਟੀ ਸੀ। ਸੋ ਜੀ ਨਹੀਂ ਇਹ ਗੱਲ ਜਿਹੜੀ ਆ ਨਾ, ਵੇਖੋ ਇਹ ਕਈ ਵਾਰ ਜਾ ਕੇ ਸ਼ਾਨੋ ਸ਼ੌਕਤ ਵੇਖ ਕੇ ਤੇ ਸਾਡੇ ਅੱਖਾਂ ਜਿਹੜੀਆਂ ਨੇ ਉਹ ਚੋਂ ਜਲਾ ਜਾਂਦੀਆਂ ਨੇ, ਸਾਡਾ ਮਨ ਵੀ ਜਿਹੜਾ ਹੈ ਦੂਜੇ ਪਾਸੇ ਚਲਾ ਜਾਂਦਾ। ਜੀ ਸੋ ਇਹੋ ਜਿਹੀਆਂ ਗੱਲਾਂ ਸਗੋਂ ਮੌਕੇ ਤੇ ਜਾ ਕੇ ਸਗੋਂ ਸਹੀ ਉੱਥੇ ਗਾਈਡੈਂਸ ਜਿਹੜੀ ਕਰਨੀ ਚਾਹੀਦੀ ਹੈ, ਸਹੀ ਸ਼ਬਦ ਗੈਣ ਕਰਨੇ ਚਾਹੀਦੇ ਆ, ਸਹੀ ਸਿਧਾਂਤ ਦੀ ਗੱਲ ਦੱਸਣੀ ਚਾਹੀਦੀ ਆ। ਉਹ ਪ੍ਰਚਾਰਕ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ, ਕਿਉਂਕਿ ਪ੍ਰਚਾਰਕ ਵੀਰਾਂ ਕੋਲ ਬਹੁਤ ਵੱਡਾ ਗਿਆਨ ਹੁੰਦਾ ਹੈ, ਜੀ ਉਹਨਾਂ ਤੋਂ ਸੁਣ ਕੇ ਲੋਕਾਂ ਨੇ ਸਿਹਤ ਲੈਣੀ ਹੁੰਦੀ ਆ, ਸਮਾਜ ਨੇ ਸਿਹਤ ਲੈਣੀ ਹੁੰਦੀ ਆ, ਬੱਚਿਆਂ ਨੇ ਸਿਹਤ ਲੈਣੀ ਹੁੰਦੀ ਆ, ਵਿਦਿਆਰਥੀਆਂ ਨੇ ਲੈਣੀ ਹੁੰਦੀ ਆ। ਤੇ ਜੇ ਜਿਸ ਤਰ੍ਹਾਂ ਹੁਣ ਪ੍ਰੋਫੈਸਰ ਸਾਹਿਬ ਆ ਤੁਹਾਡੇ ਕੋਲੇ, ਇਹ ਜੀ ਕਿਸ ਤਰ੍ਹਾਂ ਹਰ ਇੱਕ ਗੱਲ ਨੂੰ ਬੜੀ ਡਿਟੇਲ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਉਹਨੂੰ ਸਮਝਾਉਂਦੇ ਆ। ਜੀ ਤੇ ਜੇ ਇਹੋ ਹੀ ਮਤਲਬ ਸਾਡੇ ਕੋਲ ਪੜ੍ਹੇ ਲਿਖੇ ਜਿਹੜੇ ਸਿੱਖ ਨੇ, ਜੇ ਉਹ ਕੋਈ ਹੋਰ ਗੱਲ ਕਰਦੇ ਆ ਤੇ ਸੰਗਤ ਸਿੱਖ ਸੰਗਤ ਵਿੱਚ ਉਹਦਾ ਗੁੱਸਾ ਜਿਹੜਾ ਉਹ ਬਣ ਜਾਂਦਾ। ਮੈਂ ਰਾਗੀ ਸਿੰਘਾਂ ਨੂੰ ਬੇਨਤੀ ਕਰੂੰਗਾ, ਉਹਨਾਂ ਨੇ ਵੈਸੇ ਗਲਤੀ ਦੀ ਆਪਣੀ ਮਾਫੀ ਤਾਂ ਮੰਗ ਲਈ ਅਲਾਈਵ ਹੋ ਕੇ, ਪਰ ਮੈਂ ਬੇਨਤੀ ਕਰਨੀ ਚਾਹੂੰ ਵੀ ਆਪਾਂ ਇਹੋ ਜਿਹੇ ਇਸ਼ੂ ਵੀ ਕਾਹਨੂੰ ਸੰਗਤ ਵਿੱਚ ਦਈਏ ਜਾਂ ਸਮਾਜ ਵਿੱਚ ਦਈਏ, ਜਿਹਦੇ ਨਾਲ ਸਾਡੀ ਢਿੱਲ ਮੱਠ ਜਿਹੜੀ ਹੈ ਉਹ ਸਿੱਖ ਸੰਗਤ ਤੇ ਸਮਾਜ ਦੇ ਸਾਹਮਣੇ ਜਾਵੇ। ਇਹ ਸਾਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜੀ, ਬਾਣੀ ਨੂੰ ਜਿਵੇਂ ਗੁਰੂ ਦਾ ਦਰਜਾ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ, ਅਤੇ ਬਾਣੀ ਨੂੰ ਤੋੜ ਮਰੋੜ ਕੇ ਨਾ ਪੇਸ਼ ਕੀਤਾ ਜਾਵੇ ਜਾਂ ਲੋਕਾਂ ਨੂੰ ਮਿਸਲੀਡ ਨਾ ਕੀਤਾ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਰੈਫਰੈਂਸ ਦੇ ਕੇ ਅਤੇ ਕੋਈ ਆਪਣੇ ਮਨਮਤ ਜਾਂ ਆਪਣੀ ਗੱਲ ਕੋਈ ਰੱਖਣਾ ਚਾਹੇ, ਇਸ ਚੀਜ਼ ਤੋਂ ਤਾਂ ਗੁਰੇਜ਼ ਕਰਨਾ ਹੀ ਚਾਹੀਦਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਕੀ ਲੱਗਦਾ ਵੀ ਲੋਕ ਇਹ ਕੁਛ ਵੀ ਕਰ ਰਹੇ ਹੈ ਜੋ ਮਨਮਤ ਹੈ ਉਹਨੂੰ ਗੁਰਬਾਣੀ ਦਾ ਰੈਫਰੈਂਸ ਦੇ ਕੇ ਦੱਸ ਰਹੇ ਹੈ, ਅਤੇ ਉਹਦੇ ਨਾਲ ਕੀ ਕੀ ਹੋ ਰਿਹਾ ਸਮਾਜ ਦੇ ਵਿੱਚ? ਮਨਦੀਪ ਜੀ, ਮਸਲੇ ਵੱਡੇ ਹੈਗੇ ਆ ਜੀ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਰਵਿਦਾਸ ਕਹਿ ਲਓ ਜਾਂ ਭਗਤ ਰਵਿਦਾਸ ਕਹਿ ਲਓ, ਉਹਨਾਂ ਦੇ ਮੰਨਣ ਵਾਲੇ ਗੁਰੂ ਕਹਿੰਦੇ ਆ, ਹੈ ਨਾ, ਜਿਸ ਤਰ੍ਹਾਂ ਅਸੀਂ ਆਪਣੇ ਗੁਰੂਆਂ ਨੂੰ ਗੁਰੂ ਮੰਨਦੇ ਹਾਂ, ਜਿਹੜੇ ਸਿੱਖ ਆ ਉਹਨਾਂ ਨੂੰ ਭਗਤ ਕਹਿੰਦੇ ਆ, ਭਗਤਾਂ ਦਾ ਦਰਜਾ ਦਿੰਦੇ, ਮੈਂ ਉਸ ਗੱਲ 'ਚ ਨਹੀਂ ਕੰਟਰੋਵਰਸੀ 'ਚ ਜਾਣਾ ਜੀ। ਪਰ ਉਹ ਬਾਣੀ ਨੂੰ ਕਰਕੇ ਹੋਰ ਕਰਕੇ ਲੋਕਾਂ ਨੇ ਆਪਣਾ ਅਲੱਗ ਵੀ ਕੀਤਾ, ਹੈ ਨਾ, ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵੀ ਬਣਾਏ ਉੱਥੇ ਕਈ ਕੁਛ, ਹੈ ਨਾ ਜੀ। ਦੇਖੋ, ਵੈਸੇ ਤੇ ਜਿਉਂ ਦੇਖੋ ਤਾਂ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਫਿਰ ਮੇਰੀ ਬੇਨਤੀ ਇੱਥੇ ਆਉਂਦੀ ਹੈ ਕਿ ਜਿਹੜੀ ਸਿੱਖੀ ਪੰਥ ਬਣਿਆ ਹੀ ਇੱਕ ਵਿਕਲਪਿਕ ਥੀਸਿਸ ਸੀਗਾ ਕਿ ਪਖੰਡਵਾਦ ਦੇ ਵਿਰੁੱਧ ਜੀ, ਆਪਸੀ ਨਫ਼ਰਤ ਦੇ ਵਿਰੁੱਧ, ਆਪਸੀ ਨਫ਼ਰਤ ਕਿਹੜੀ, ਜਾਤੀਗਤ ਧਰਮਾਂ ਦੇ ਆਧਾਰ 'ਤੇ, ਔਰ ਤੀਸਰਾ ਔਰਤ ਮਰਦ ਦੇ ਆਧਾਰ 'ਤੇ, ਇਹ ਜਿਹੜੀ ਨਫ਼ਰਤ ਹੈ ਇਹਨੂੰ ਖਤਮ ਕਰਕੇ ਅਸੀਂ ਪਰਮਾਤਮਾ ਦੇ ਲੜ ਲੱਗੀਏ। ਤੇ ਪਰਮਾਤਮਾ ਵੀ ਉਹਨਾਂ ਨੇ ਹਰ ਇਨਸਾਨ ਉਹਦੀ ਸਾਰੀ ਕਾਇਨਾਤ ਨੂੰ ਹੀ ਪਰਮਾਤਮਾ ਦਾ ਰੂਪ ਮੰਨ, ਅੱਜ ਅਸੀਂ ਕਰ ਕੀ ਰਹੇ ਹਾਂ, ਨਾ ਤੇ ਅਸੀਂ ਕਾਇਨਾਤ ਨੂੰ ਮੰਨਦੇ ਹਾਂ, ਨਾ ਅਸੀਂ ਇਨਸਾਨਾਂ ਨੂੰ ਮੰਨਦੇ ਹਾਂ, ਨਾ ਅਸੀਂ, ਜੇ ਕਾਇਨਾਤ ਨੂੰ ਮੰਨਦੇ ਹੋਈਏ ਤੇ ਉਹਨੂੰ ਤਬਾਹ ਕਰੀਏ। ਰੋਜ਼ ਇਨਵਾਇਰਮੈਂਟਲ ਇਸ਼ੂਸ ਕੀ ਹੈਗੇ, ਹੈ ਨਾ, ਕਿੰਨੇ ਸੋਹਣੇ ਢੰਗ ਨਾਲ ਸਾਰਾ ਕੁਝ ਉੱਥੇ ਲਿਖਿਆ ਕਿ ਅਸੀਂ ਸਹਿਜ ਵਿੱਚ ਰਹੀਏ, ਆਪਣੇ ਆਪ ਨੂੰ ਇਸ ਤੇ ਤਬਾਹ ਕਰਕੇ ਤੇ ਰਾਜ ਕਰਨਾ ਉਜਾੜ ਕੇ ਰਾਜ ਕਰਨ ਦੀ ਪੱਥ ਤੇ ਉਸ ਮਾਰਗ ਤੇ ਨਾ ਚੱਲੀਏ, ਅਸੀਂ ਨਾਲ ਰਹਿਣਾ ਸਿੱਖੀਏ, ਹਰ ਇੱਕ ਚੀਜ਼ ਦੇ ਨਾਲ, ਹਰ ਇੱਕ ਦੀ ਇੱਜ਼ਤ ਕਰੀਏ, ਭਾਵੇਂ ਉਹ ਪਸ਼ੂ ਆ, ਪਕਸ਼ੀ ਆ, ਹਵਾ ਆ, ਪਾਣੀ ਆ, ਇਸ ਧਰਤੀ ਆ, ਇਹਨਾਂ ਸਾਰਿਆਂ ਦੇ ਨਾਲ ਰਲ ਕੇ ਮਿਲ ਕੇ ਉਹਨਾਂ ਨਾਲ ਇੱਕ ਸਾਂਝ ਪੈਦਾ ਕਰਕੇ ਜੀਏ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗਾ। ਪਰ ਆਪਾਂ ਉਹ ਚੀਜ਼ਾਂ ਤੇ ਛੱਡਤੀਆਂ ਨਾ, ਤੇ ਮੇਰੇ ਜਿਹੜੇ ਰਹਿਬਰ ਹੈਗੇ ਆ ਉਹ ਇਹਨਾਂ ਗੱਲਾਂ ਨੂੰ ਅੱਗੇ ਲੈ ਕੇ ਜਾਂਦੇ ਆ, ਨਾ ਅਸੀਂ ਜਾਤੀਵਾਦ ਨੂੰ ਪੰਜਾਬ ਨੂੰ ਖਤਮ ਕਰ ਸਕੇ ਹਾਂ, ਨਾ ਅਸੀਂ ਔਰਤ ਦਾ ਬਣਦਾ ਦਰਜਾ ਦੇ ਸਕੇ ਹਾਂ। ਇੱਕ ਗੱਲ ਚੰਗੀ ਮੈਨੂੰ ਲੱਗਦੀ ਹੈ ਕਿ ਅਸੀਂ ਧਾਰਮਿਕ ਨਫ਼ਰਤ ਤੋਂ ਹਾਲ ਦੀ ਘੜੀ ਬਾਹਰ ਆ। ਜਦੋਂ ਵੀ ਇੱਥੇ ਸਿੱਖ ਔਰ ਹਿੰਦੂ ਦਾ ਮਾਮਲਾ ਬਣਦਾ ਸਾਨੂੰ ਦੁੱਖ ਹੁੰਦਾ, ਇਹ ਤੇ ਕਦੀ ਸਿੱਖੀ ਦੇ ਵਿੱਚ ਤੇ ਹੈ ਨਹੀਂ। ਕਈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਕਈ ਸਾਨੂੰ ਥੋੜਾ ਬਹੁਤ ਸਿੱਖ ਆਉਂਦਾ ਵੀ ਮੁੱਦਾ ਬਣਾਉਣ ਦੀ ਆ ਪਾਕਿਸਤਾਨ ਨਾਲ ਕੋਸ਼ਿਸ਼ ਕਰਦੇ ਆ, ਜਾਂ ਹਿੰਦੂ ਸਿੱਖ ਇਕੱਠਾ ਕਰਕੇ ਜਿਵੇਂ ਪਾਕਿਸਤਾਨ ਜਦੋਂ ਬਣਿਆ ਉਦੋਂ ਇਕੱਠੇ ਕਰਕੇ ਵੀ ਉਹਨਾਂ ਦੇ ਵਿਰੁੱਧ ਵੱਟੋ ਟੁੱਕੀ ਸਾਰਾ ਹੋਇਆ। ਇਹ ਗੱਲਾਂ ਸਿੱਖੀ ਦੇ ਬਿਲਕੁਲ ਵਿਪਰੀਤ ਆ,
जी ਇਸਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਸਿੱਖੀ ਬਣੀ ਸੀ। ਸਿੱਖੀ ਤੇ ਦਵਾਈ ਹੀ ਆ ਇਹਨਾਂ ਬਿਮਾਰੀਆਂ ਦੀ, ਜੀ ਤੇ ਜੇ ਅਸੀਂ ਉਸ ਦਵਾਈ ਨੂੰ ਉਸ ਢੰਗ ਨਾਲ ਨਹੀਂ ਪਹੁੰਚਾ ਸਕੇ ਲੋਕਾਂ ਕੋਲ, ਤੇ ਜੀ ਅੱਜ ਵੀ ਅਸੀਂ ਉਹਨਾਂ ਚੀਜ਼ਾਂ ਦੇ ਵਿਕਟਿਮ ਆ, ਉਹਦਾ ਸਾਨੂੰ ਸੋਚਣਾ ਪਊਗਾ। ਚੰਗੀ ਗੱਲ ਇਹ ਮੈਂ ਕਹੂੰਗਾ ਕਿ ਸਭ ਤੋਂ ਚੰਗੀ ਗੱਲ ਮੈਨੂੰ ਕਿਹੜੀ ਲੱਗੀ, ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਦਾ ਆ ਅਮਨਦੀਪ ਜੀ, ਕਿ ਜਦੋਂ ਮੁਸਲਮਾਨ ਬਰਮਾਨਾ ਵਿਰੁੱਧ ਸਾਡੇ ਵੀਰਾਂ ਵਿਰੁੱਧ ਸਾਰੇ ਦੇਸ਼ 'ਚ ਯੂਪੀ 'ਚ ਬੁਲਡੋਜ਼ਰ ਚੱਲਦੇ ਹੋਣ, ਜਦੋਂ ਉਹਨਾਂ ਦੇ ਕੋਈ ਮੁਗਲਾਂ ਦੇ ਜਾਂ ਮੁਸਲਮਾਨਾਂ ਦੇ ਨਾਵਾਂ 'ਤੇ ਸ਼ਹਿਰ ਜਾਂ ਸਟੇਸ਼ਨ ਜਾਂ ਗਲੀਆਂ ਮਹੱਲੇ ਦੇ ਨਾਂ ਬਦਲੇ ਜਾ ਰਹੇ ਹੋਣ, ਤਾਂ ਉਦੋਂ ਜਦੋਂ ਸਾਡੇ ਸੀ ਜਾਂ ਆਓ ਮੇਰੇ ਵੀਰੋ ਪਰਿਕਰਮਾ ਦੇ ਵਿੱਚ ਨਮਾਜ਼ ਪੜ੍ਹੋ, ਕੋਈ ਗੱਲ ਨਹੀਂ ਤੁਸੀਂ ਸਾਡੇ ਆਓ, ਸਾਰੇ ਲੰਗਰ 'ਚ ਬੈਠੋ, ਕੋਈ ਵੀ ਲੰਗਰ 'ਚ ਸੇਵਾ ਕਰੋ, ਕੋਈ ਵੀ ਬਰਤਨਾਂ ਦੀ ਸੇਵਾ ਕਰੋ, ਕੋਈ ਵੀ ਉੱਥੇ ਚਾਰ ਕਰੋ, ਉੱਥੇ ਕੋਈ ਪੰਗੀ ਨਹੀਂ, ਉੱਥੇ ਕੋਈ ਵਾਲਮੀਕੀ ਨਹੀਂ, ਉੱਥੇ ਕੋਈ ਮਜ਼੍ਹਬੀ ਸਿੱਖ ਨਹੀਂ, ਉੱਥੇ ਕੋਈ ਔਰਤ ਮਰਦ ਨਹੀਂ, ਉਸ ਚਾਰ ਦੀਵਾਰੀ ਦੇ ਅੰਦਰ ਤੇ ਅਸੀਂ ਠੀਕ ਹੈਗੇ ਹਾਂ ਜੀ। ਕਿੱਥੇ ਤੱਕ ਉਹ ਸਾਰੇ ਜਾਣਦੇ ਆ, ਪਰ ਕਾਫ਼ੀ ਹੱਦ ਤੱਕ ਮੈਂ ਕਹਿੰਦਾ ਠੀਕ ਹੈਗੇ ਹਾਂ। ਸਾਡਾ ਜਿੱਥੇ ਦਰਬਾਰ ਸਾਹਿਬ ਜਾਂ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਵੀ ਅਸੀਂ ਉਹਨਾਂ ਨੂੰ ਕਰਦੇ ਸੁਸ਼ੋਭਿਤ ਕਰ, ਉਸ ਘੇਰੇ ਦੇ ਵਿੱਚ ਅਸੀਂ ਠੀਕ ਹੁੰਦੇ ਹਾਂ। ਜਿਉਂ ਹੀ ਸਮਾਜ 'ਚ ਆਉਂਦੇ ਹਾਂ ਉਹੀ ਬਲਾਂਗੇ, ਉਹੀ ਅਸੀਂ ਨਫ਼ਰਤ, ਉਹੀ ਸਾਰਾ ਕੁਝ। ਅਸੀਂ ਉਸ ਇਸ ਸਾਧਨ ਦੇ ਨਾਲ ਇਸ ਰਸਤੇ 'ਤੇ ਚਲਾ ਕੇ ਉਸ ਸਮਾਜ ਨੂੰ ਉਸ ਕਿਸਮ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੁਕਮ ਦਿੱਤਾ ਗਿਆ ਜੀ, ਉਹ ਅਸੀਂ ਕਿਉਂ ਨਹੀਂ ਅਜੇ ਤੱਕ ਅਚੀਵ ਕਰ ਸਕੇ? ਇਹ ਸਵਾਲ ਤਾਂ ਸਾਨੂੰ ਹੀ ਪੁੱਛਣਾ ਲੋਕਾਂ ਨੇ, ਕਿਸੇ ਤੁਹਾਨੂੰ ਨਹੀਂ ਪੁੱਛਣਾ, ਕਿਸੇ ਹੋਰ ਨੂੰ ਨਹੀਂ ਪੁੱਛਣਾ। ਇਹ ਗੱਲ ਮੇਰੀ ਭਾਈ ਹੈ ਕਿ ਬੇਨਤੀ ਹੈ, ਅਸੀਂ ਇੰਨੇ 100 ਸਾਲਾਂ ਦੇ ਵਿੱਚ ਫੁਕੜਦੇ ਕਿਉਂ ਜਾ ਰਹੇ ਹਾਂ ਜੀ? ਆਪਾਂ ਨੂੰ ਕਿਉਂ ਗਿਆਨੀ ਹਰਪ੍ਰੀਤ ਸਿੰਘ ਨੂੰ ਆ ਕੇ ਇਹ ਕਹਿਣਾ ਪੈਂਦਾ ਆ ਕਿ ਦੇਖੋ ਸਿੱਖੋ ਤੁਸੀਂ ਬੱਚੇ ਹੋਰ ਪੈਦਾ ਕਰੋ, ਫਿਰ ਸਿੱਖ ਪੈਦਾ ਹੋ ਜਾਣਗੇ ਜਿਹੜੇ ਬੱਚੇ ਪੈਦਾ ਹੋਣਗੇ? ਕਿੰਨੇ ਬੰਦੇ ਈਸਾਈ ਵੀ ਬਣ ਗਏ ਉਹਨਾਂ ਚੋਂ, ਕਿੰਨੇ ਧਰਮ ਵੀ ਪੱਛਮੀ ਸਭਿਅਤਾ 'ਚ ਚਲੇ ਜਾਣਗੇ? ਇੰਜ ਨਹੀਂ ਸਿੱਖੀ ਬਚਣੀ, ਸਿੱਖੀ ਦੇ ਫਰੰਟਲ ਲੈਵਲ 'ਤੇ ਜਿਵੇਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪਾਈਆਂ, ਉਂਝ ਜਾ ਕੇ ਸਮਾਜ ਦੇ ਵਿੱਚ ਖੜੇ ਹੋ ਕੇ ਚੁਰਾਹਿਆਂ ਦੇ ਵਿੱਚ ਲੜਾਈ ਕਰਨੀ ਪਊਗੀ। ਲੜਾਈ ਦਾ ਮਤਲਬ ਇਹ ਨਹੀਂ ਸਿਰ ਪਾੜਨੇ ਪੈਣਗੇ, ਵਿਚਾਰਕ ਲੜਾਈ, ਤਰਕ ਦੀ ਲੜਾਈ, ਸੱਭਿਆਚਾਰਕ ਲੜਾਈ, ਸਮਾਜਿਕ ਲੜਾਈ, ਰਾਜਨੀਤਿਕ ਵੀ ਜਿੱਥੇ ਲੋੜ ਪਏ ਕਰਨੀ ਪਊਗੀ ਜੀ। ਇਹ ਸਾਰਾ ਆਪਾਂ ਕਿਉਂ ਨਹੀਂ ਉਸ ਦਾ ਪ੍ਰੋਗਰਾਮ ਦੇ ਤਹਿਤ ਕਰਦੇ? ਨਹੀਂ ਤੇ ਵਾਕਿਆ ਹੀ ਫਿਰ ਅਸੀਂ ਦੇਖਣ ਨੂੰ ਤੇ ਸਿੱਖ ਹੋਵਾਂਗੇ, ਪਰ ਕੰਮਾਂ 'ਚ ਅਸੀਂ ਉਹੋ ਹੀ ਕੁਝ ਹੋਵਾਂਗੇ ਜਿਸ ਤੋਂ ਸਾਨੂੰ ਸਾਡੇ ਗੁਰੂਆਂ ਨੇ ਵਰਜਿਤ ਕੀਤਾ, ਜੇ ਅਸੀਂ ਇਹ ਸਾਰਾ ਸਰਮਾਏ ਨੂੰ ਵੇਲੇ ਸਿਰ ਨਾ ਸਮਝਿਆ ਜੀ। ਭਾਈ ਮਨਜੀਤ ਸਿੰਘ ਜੀ, ਗੱਲ ਇਹ ਵੀ ਹਮੇਸ਼ਾ ਆਉਂਦੀ ਹੈ ਸਾਹਮਣੇ ਕਿ ਜਦੋਂ ਵੀ ਸਿੱਖੀ ਸਿਧਾਂਤਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਹ ਦੇਖਦੇ ਹਾਂ ਕਿ ਲੋਕ ਜਿਹੜੇ ਨਾਰਾਜ਼ ਹੁੰਦੇ ਆ, ਜਿਹੜੇ ਸਾਡੇ ਹੀ ਆਪਣੇ ਲੋਕ ਆਪਣੇ ਤੋਂ ਨਾਰਾਜ਼ ਹੁੰਦੇ ਆ, ਉਹੀ ਛੱਡ ਕੇ ਧਰਮ ਨੂੰ ਪਰਿਵਰਤਨ ਕਰਦੇ ਆ, ਉਹੀ ਹੋਰਨਾਂ ਥਾਵਾਂ 'ਤੇ ਜਾਂਦੇ ਆ, ਹੋਰ ਮਾਨਤਾਵਾਂ ਨੂੰ ਮੰਨਦੇ ਆ। ਈਵਨ ਪੰਜਾਬ ਦੇ ਵਿੱਚ ਹੀ ਦੇਖੀਏ, ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਕਈ ਗੁਰਦੁਆਰਿਆਂ ਦੇ ਵਿੱਚ ਲੋਕਾਂ ਨੇ ਜਹਾਜ਼ ਚੜਾਉਣੇ ਸ਼ੁਰੂ ਕਰਤੇ, ਇੱਕ ਪਖੰਡ ਸ਼ੁਰੂ ਹੋ ਗਿਆ ਕਿ ਜੀ ਇਹਦੇ ਨਾਲ ਸਾਡਾ ਵੀਜ਼ਾ ਲੱਗ ਜੂਗਾ। ਉਹੀ ਧਾਰਨਾਵਾਂ ਜਿਹੜੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਨਖਿਧਿਆ ਸੀਗਾ, ਉਹਨਾਂ ਨੂੰ ਕਿਹਾ ਸੀਗਾ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ 'ਚੋਂ ਬਾਹਰ ਆਉਣਾ, ਇਹਨਾਂ ਤੋਂ ਬਾਹਰ ਆ ਕੇ ਅਸੀਂ ਇੱਕ ਚੰਗਾ ਸਮਾਜ ਸਿਰਜਣਾ, ਅਤੇ ਉਹੀ ਧਾਰਨਾਵਾਂ ਸਾਡੇ ਵਿੱਚ ਫਿਰ ਸ਼ੁਰੂ ਹੁੰਦੀਆਂ ਜਾ ਰਹੀਆਂ। ਕਿ ਕਈ ਵਾਰ ਅਸੀਂ ਦੇਖਦੇ ਹਾਂ ਕਈ ਅੰਮ੍ਰਿਤਧਾਰੀ ਬੰਦੇ, ਕਈ ਜਣਾ ਅੰਮ੍ਰਿਤ ਵੀ ਛਕਿਆ, ਦਸਤਾਰ ਵੀ ਆ, ਸਜਾਈ ਆ, ਫਿਰ ਆਪਣਾ ਸੋਹਣਾ ਦਾੜਾ ਵੀ ਹੈਗਾ, ਗਾਤਰਾ ਬੁੱਧੀ ਪਾਇਆ, ਉਹ ਵੀ ਕਈ ਵਾਰ ਦੇਹਧਾਰੀ ਪਖੰਡੀਆਂ 'ਤੇ ਤੁਰੇ ਫਿਰਦੇ ਆ, ਕਿਉਂਕਿ ਕਈ ਵਾਰ ਲੋਕ ਜਿਵੇਂ ਕਈਆਂ ਨੇ ਥੋ ਛੱਡ ਦਿੱਤਾ ਹੁੰਦਾ ਨਾ ਕਿ ਆਪਣਾ ਧਾਗੇ ਤਵੀਤਾਂ ਵਾਲੇ ਦੇ ਵੀ ਚਲੇ ਜਾਣਾ, ਪਰ ਇਹ ਦੇਹਧਾਰੀਆਂ ਦੇ ਵੀ ਚਲੇ ਜਾਣਾ, ਉੱਧਰ ਜੇ ਕੋਈ ਹੋਰ ਆਇਆ ਮਨਮਤ ਵਾਲਾ ਤਾਂ ਉੱਧਰ ਵੀ ਚਲੇ ਜਾਣਾ, ਗੇੜਾ ਹੀ ਰੱਖੀ ਆਉਂਦੇ ਆ ਕਈ ਲੋਕ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਹੇ ਪਰੇ। ਉਹਨਾਂ ਸਾਰੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਇੱਧਰ ਜਾਂਦੇ ਹਾਂ ਅਤੇ ਗਲਤ ਜਾਂਦੇ ਹਾਂ, ਇਹ ਸਾਡਾ ਰਸਤਾ ਨਹੀਂ ਗਾ, ਰਸਤਾ ਸਾਡਾ ਸ਼੍ਰੀ ਅਨੰਦਪੁਰ ਸਾਹਿਬ ਦਾ, ਰਸਤਾ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਦਾ, ਰਸਤਾ ਸਾਡਾ
ਮੁਕਤਸਰ ਸਾਹਿਬ ਦਾ ਹੈ, ਜਾਂਦੇ ਹਾਂ ਅਸੀਂ ਗਾਂਹ ਉਹ ਬਲਾਤਕਾਰੀਆਂ ਦੇ ਸਰਸੇ ਵਾਲੇ ਪਾਸੇ ਆ ਰਸਤਾ, ਜੇ ਐ ਨੂੰ ਜਾਣਾ ਹੈ ਤੇ ਅਸੀਂ ਆਨੰਦਪੁਰ ਸਾਹਿਬ ਛੱਡ ਦਿੰਦੇ ਹਾਂ ਤੇ ਪਰੇ ਪਹਾੜਾਂ ਵਿੱਚ ਟੱਕਰ ਮਾਰਨ ਵਾਸਤੇ ਜਾਵਾਂਗੇ, ਜਾਣ ਕੇ ਵੀ ਸਿੱਖੀ। ਸੋ ਕਈ ਵਾਰ ਅਸੀਂ ਜਾਣ ਬੁੱਝ ਕੇ, ਕਈ ਵਾਰ ਤਾਂ ਗਲਤੀ ਹੋ ਗਈ ਨਾ ਬੰਦੇ ਤੋਂ, ਕਈ ਵਾਰ ਜਾਣ ਬੁੱਝ ਕੇ ਗਲਤੀ ਜਿਹੜੇ ਆ ਉਹ ਸਿੱਖ ਜਾਣਦੇ ਹੋਏ ਵੀ ਗਲਤੀ ਜਿਹੜੀ ਆ ਕਰਦੇ ਆ। ਜੀ ਅਫਸੋਸ ਉਦੋਂ ਹੁੰਦਾ ਹੈ ਕਿ ਜਦੋਂ ਸਾਰੀਆਂ ਗੱਲਾਂ ਨੂੰ ਜਾਣਦੇ ਬੁੱਝਦੇ ਹੋਏ ਮਨੁੱਖ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਫਿਰ ਉਹਦਾ ਦੋਸ਼ ਜਿਹੜਾ ਕਈ ਵਾਰ, ਮੈਨੂੰ ਇਹ ਵੀ ਕਈ ਵਾਰ ਬੜਾ ਹਾਸਾ ਆਉਂਦਾ, ਮੇਰੇ ਸਤਿਕਾਰਯੋਗ ਪਿਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲੇ ਨੇ ਬੜਾ ਵੱਡਾ ਪ੍ਰਚਾਰ ਕੀਤਾ ਸੀ ਐਮਰਜੈਂਸੀ ਦੇ ਖਿਲਾਫ, ਔਰ 37 ਜਲੂਸ ਕੱਢੇ। ਭਾਈ ਅਮਰੀਕ ਸਿੰਘ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਹੀਦੀ ਦੇ ਦਿੱਤੀ ਔਰ ਟੈਂਕਾਂ ਨਾਲ ਲੜ ਕੇ ਉੱਥੇ ਬਾਹਵਾਂ ਨਹੀਂ ਖੜੀਆਂ ਕੀਤੀਆਂ। ਲੇਕਿਨ ਜਿਹੜੇ ਕਈ ਲੋਕ ਉੱਥੋਂ ਭੱਜ ਕੇ ਚਲੇ ਗਏ, ਅੱਜ ਉਹ ਵੀ ਸਾਡੇ ਤੋਂ ਅੱਗੇ ਹੋ ਗਏ ਗਾਮ, ਉਹ ਵੀ ਅਮਰ ਸ਼ਹੀਦ ਕਮਾਉਣ ਡੇ ਪਿਆ ਆਪਣੇ ਆਪ ਨੂੰ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਕਈਆਂ ਗੱਲਾਂ ਦਾ ਸਾਨੂੰ ਸਾਰੀਆਂ ਦਾ ਪਤਾ ਹੈ, ਪਤਾ ਹੋਣ ਦੇ ਬਾਵਜੂਦ ਵੀ ਜਦੋਂ ਗਲਤੀਆਂ ਕਰਦੇ ਹਾਂ ਤੇ ਸਾਨੂੰ ਉਦੋਂ ਦੁੱਖ ਉਦੋਂ ਹੁੰਦਾ ਹੈ। ਕਈ ਵਾਰ ਆਪਾਂ ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਨੂੰ ਆਪਾਂ ਸੰਭਾਲਦੇ ਨਹੀਂ ਗਏ, ਆਪਾਂ ਆਪਣੇ ਪਰਿਵਾਰ ਨੂੰ ਨਹੀਂ ਸੰਭਾਲਦੇ, ਸਾਡੇ ਪਰਿਵਾਰਾਂ ਦੇ ਬੱਚੇ ਉਹਨਾਂ ਦਾੜੀ ਤੇ ਕੇਸ ਕੱਟੇ ਆ ਔਰ ਉਹ ਸਾਡੇ ਆਖੇ ਨਹੀਂ ਲੱਗਦੇ, ਉਹਦਾ ਦੋਸ਼ ਵੀ ਅਸੀਂ ਕਈ ਵਾਰ ਜਾ ਕੇ ਤੇ ਸ਼੍ਰੋਮਣੀ ਕਮੇਟੀ ਤੇ ਕੱਢ ਆਉਂਦੇ ਹਾਂ, ਕਈ ਵਾਰ ਅਕਾਲੀ ਦਲ ਤੇ ਕੱਢ ਆਉਂਦੇ ਹਾਂ, ਕਈ ਵਾਰ ਜਹੇਦਾਰ ਸਾਹਿਬ ਤੇ ਕੱਢ ਆਉਂਦੇ ਹਾਂ। ਔਰ ਜਿਹਦੀ ਮਾਂ ਨੂੰ ਕਈ ਵਾਰ ਮਕਾਣੇ ਨਹੀਂ ਗਾ ਕੋ ਖੜਦਾ, ਉਹ ਅਕਾਲ ਤਖਤ ਸਾਹਿਬ ਦੇ ਖਿਲਾਫ਼ ਬੋਲੀ ਜਾਂਦਾ, ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਹੀ ਬੋਲਦਾ ਔਰ ਉਹ ਅਕਾਲੀ ਦਲ ਦੇ ਖਿਲਾਫ਼ ਹੀ ਬੋਲਦਾ। ਸੋ 4-5 ਸੰਸਥਾਵਾਂ ਐਸੀਆਂ ਨੇ, ਜਿਸ ਤਰ੍ਹਾਂ ਟਕਸਾਲ ਆ, ਟਕਸਾਲ ਦਾ ਬੜਾ ਵੱਡਾ ਇਤਿਹਾਸ ਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਹੁਤ ਵੱਡਾ ਇਤਿਹਾਸ ਹੈ, ਲੇਕਿਨ ਜਿਹਨੂੰ ਕੋਈ ਪੁੱਛਦਾ ਨੀਗਾ, ਕਈ ਵਾਰ ਅਕਾਲ ਤਖਤ ਸਾਹਿਬ ਦੇ ਖਿਲਾਫ਼ ਬੋਲੂਗਾ। ਉਹ ਲੋਕ ਜਿਹੜੇ ਆ ਏਜੰਸੀਆਂ ਦੇ, ਸਾਡੇ ਨਾਲ ਚੌੜੇ ਗਾਤਰੇ, ਵਧੀਆ ਦਾੜੇ, ਪੱਗਾਂ ਵੀ ਵਧੀਆ, ਲੇਕਿਨ ਉਹ ਸਿੱਖੀ ਸਿਧਾਂਤ ਦੇ ਖਿਲਾਫ਼ ਬੋਲਣਗੇ ਕਿ ਤਾਂ ਕਿ ਸਿੱਖਾਂ ਨੂੰ ਇਹ ਲੱਗੇ ਵੀ ਸਿੱਖ ਵਿਰੁੱਧ ਨੇ, ਉਹ ਸਿੱਖ ਨਹੀਂ ਗੇ, ਉਹ ਸਿੱਖ ਮਾਰੂ ਨੇ। ਔਰ ਉਹ ਸ਼ੁਰੂ ਤੋਂ ਲੈ ਕੇ ਜਦੋਂ ਗੁਰੂ ਸਾਹਿਬਾਨ ਦਾ ਟਾਈਮ ਸੀ ਉਦੋਂ ਤੋਂ ਲੈ ਕੇ ਹੀ ਉਹ ਪਿਰਥਜੇ ਵਰਗੇ ਲੋਕ ਜਿਹੜੇ ਜੰਮਦੇ ਰਹੇ ਔਰ ਵਿਰੋਧ ਤਾਂ ਕਰਦੇ ਰਹੇ ਗੁਰੂ ਘਰ ਦੀ ਤੇ ਗੁਰੂਆਂ ਦੇ ਘਰਾਂ ਦੀ ਵੀ ਜੰਮ ਕੇ ਕਰਦੇ ਰਹੇ। ਸੋ ਇਹ ਸ਼ੁਰੂ ਤੋਂ ਹੀ ਕਈ ਵਾਰ ਜਿਹੜੇ ਆ ਸਿੱਖ ਧਰਮ ਦੇ ਵਿੱਚ ਵਿਰੋਧ ਤਾਂ ਨਾਲ ਨਾਲ ਹੀ ਚੱਲਦੀ ਰਹੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਦੋਂ ਉਹਨਾਂ ਨੂੰ ਆਣ ਕੇ ਇੱਥੇ ਪ੍ਰਗਟ ਕੀਤਾ ਸੀਗਾ ਮੱਖਣ ਸ਼ਾਹ ਲਬਾਣੇ ਨੇ, ਤੇ ਉਦੋਂ 22 ਗੁਰੂ ਬਣ ਕੇ ਬੈਠੇ ਸੀ ਬਾਬਾ ਬਕਾਲਾ ਸਾਹਿਬ, ਬੜੇ ਸੋਹਣੇ ਉਹਨਾਂ ਦੇ ਸਾਰੇ ਚਿਹਰੇ ਮੋਹਰੇ ਬੜੇ ਸੋਹਣੇ ਸੀ, ਮੂੰਹ ਉਹਨਾਂ ਦੇ ਮੋਮਣਾ ਵਾਲੇ ਸੀ, ਕੰਮ ਕਾਫਰਾਂ ਵਾਲੇ ਸੀ। ਲੇਕਿਨ ਜਦੋਂ ਉਹਨੇ ਆਣ ਕੇ 5-5 ਮੋਹਰਾਂ ਰੱਖ ਕੇ ਸਾਰਿਆਂ ਦੇ ਅੱਗੇ ਤੇ ਤੁਰਿਆ ਗਿਆ ਤੇ ਉਹ ਸਾਰੇ ਜਿਹੜੇ ਸੀ 5 ਮੋਹਰਾਂ ਲੈ ਕੇ ਬੜੀਆਂ ਕੱਛਾਂ ਵਜਾਉਣ, ਲੇਕਿਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਗਏ ਤਾਂ ਉਹਨਾਂ ਨੇ ਆਖਿਆ 495 ਮੋਹਰਾਂ ਜਿਹੜੀਆਂ ਬਾਕੀ ਨੇ ਉਹ ਕਿੱਥੇ ਨੇ। ਉਹਨੂੰ ਪਤਾ ਲੱਗ ਗਿਆ, ਕੋਠੇ ਤੇ ਚੜ੍ਹ ਗਿਆ ਤੇ ਉਹਨੇ ਪੱਲਾ ਫੇਰ ਕੇ ਕਹਿ ਦਿੱਤਾ ਕਿ ਸਾਚਾ ਗੁਰ ਲਾ ਦੋਰੇ। ਸੋ ਕਈ ਵਾਰ ਅੱਜ ਕੱਲ੍ਹ, ਅੱਗੇ ਤਾਂ 22 ਸੀ ਤੇ ਹੁਣ 2200 ਤੋਂ ਵੱਧ ਝੂਠੇ ਤੇ ਪਖੰਡੀ ਫਿਰਦੇ ਆ, ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਫਿਰਦੇ ਆ, ਪਰ ਇੱਥੇ ਖਤਰਾ ਕਦੀ ਕੌਮ ਨੂੰ ਨਹੀਂ ਹੋਇਆ। ਇੱਥੇ ਤਾਂ ਗਰਜਾ ਸਿੰਘ ਤੇ ਬੋਤਾ ਸਿੰਘ ਦੋ ਰਹਿ ਗਏ ਸੀ ਮੁਗਲਾਂ ਦੇ ਟਾਈਮ ਤੇ, ਤੇ ਜਦੋਂ ਫੌਜ ਲੱਗ ਕੇ ਉਹਦੀ ਲੰਘਣ ਡਈ ਸੀ ਉਹਨਾਂ ਨੇ ਕਿਹਾ ਕਿ ਇੱਥੇ ਸਿੱਖ ਲੱਗਦੇ ਆ, ਉਹ ਲੁਗੇ ਸੀ ਉਹਦੇ ਵਿੱਚ ਝਾੜੀਆਂ 'ਚ। ਇੱਕ ਕਹਿੰਦਾ ਨਹੀਂ ਸਿੱਖ ਹੁੰਦੇ ਨਾ, ਸਿੱਖ ਸ਼ੇਰ ਆ, ਉਹਨੇ ਬਾਹਰ ਨਿਕਲ ਕੇ ਆਪਣੀ ਹੋਂਦ ਪ੍ਰਗਟ ਕਰਨੀ ਸੀ। ਬੋਤਾ ਸਿੰਘ ਗਰਜਾ ਸਿੰਘ ਨੂੰ ਕਹਿਣ ਲੱਗਾ ਇਹਦੇ ਨਾਲ ਉਦੋਂ ਮਰੇ ਚੰਗੇ, ਚੱਲ ਬਾਹਰ ਜਾ ਕੇ। ਉਹਨਾਂ ਨੇ ਨੂਰ ਦੀ ਸਰਾਂ 'ਤੇ ਉੱਥੇ ਜਿਹੜਾ ਸੀ ਉਹ ਲਾ ਲਿਆ ਆਪਣਾ ਟੈਕਸ ਲਾ ਤਾ, ਉਹਨੇ ਕਿਹਾ ਜਾਓ ਜਾ ਕੇ ਉੱਥੇ ਦੱਸ ਦਿਓ ਖਾਨੋ ਨੂੰ, ਉਹ ਆਪਣੇ ਉਹਨੂੰ ਆਪਣੇ ਜਕਰੀਆ ਖਾਨ ਨੂੰ ਵੀ ਜਾਓ ਉੱਥੇ ਜਿਹੜਾ ਬੋਤਾ ਤੇਰਾ ਯਾਰ ਖਲੋਤਾ ਉਹ ਸਾਰਿਆਂ ਨੂੰ ਕਹਾਣੀ ਦਾ ਪਤਾ ਹੈ। ਮੇਰੇ ਕਹਿਣ ਤੋਂ ਭਾਵ ਆ ਸਿੱਖੀ ਨੂੰ ਖਤਰਾ ਜਿਹੜਾ ਹੈ ਉਹ ਸਿੱਖਾਂ ਤੋਂ ਹੀ ਆ, ਬਾਹਰਲਾ ਨਹੀਂ ਕੋਈ ਮਾਰ ਸਕਦਾ, ਸਿੱਖ ਨੂੰ ਬਾਹਰਲਾ ਨਹੀਂ ਕੋਈ ਮਾਰ ਸਕਦਾ। ਸਿੱਖ ਨੂੰ ਸਿੱਖ ਭੇਸ ਵਿੱਚ ਜਾ ਕੇ ਜਦੋਂ ਆਪਣੇ ਜਿਹੜੇ ਲੋਕ ਨੇ ਆਪਣੇ ਆਪ ਨੂੰ ਵੱਡੇ ਸਮਝਦੇ ਨੇ, ਉਹੋ ਹੀ ਉਹਦੇ ਤੋਂ ਹੀ ਸਿੱਖ ਨੂੰ ਖਤਰਾ ਹੈ, ਹੋਰ ਕਿਸੇ ਤੋਂ ਕੋਈ ਖਤਰਾ ਨਹੀਂ। ਜਿਸ ਤਰ੍ਹਾਂ ਸਾਡਾ ਧਰਮ ਤਾਂ ਸਾਰਾ ਇਸੇ 'ਤੇ ਆਧਾਰਿਤ ਹੈ, ਭਾਵੇਂ ਭਾਈ ਸ਼ਬੇਕ ਸਿੰਘ ਦੀ ਕਹਾਣੀ ਲੈ ਲਈਏ, ਭਾਈ ਸ਼ਬਾਜ ਸਿੰਘ ਦੀ ਲੈ ਲਈਏ, ਭਾਵੇਂ ਭਾਈ ਤਾਰੂ ਸਿੰਘ ਦੀ ਲੈ ਲਈਏ, ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਲੈ ਲਈਏ, ਕਿ ਆਪਣਾ ਧਰਮ ਬਦਲ ਜਾਓ, ਕਿ ਤੁਹਾਨੂੰ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਹੂਰਾਂ ਦੇਣਗੀਆਂ, ਡੋਲੇ ਦੇਣਗੀਆਂ, ਰਾਜ ਦੇਣਗੀਆਂ। ਲੇਕਿਨ ਅੱਜ ਜਿਹੜੇ ਕਹਿੰਦੇ ਆ ਵੀ ਈਸਾਈ ਬਣ ਚੱਲੇ ਆ, ਇਹ ਨਹੀਂ ਸਿੱਖ, ਇਹ ਵੀ ਤਾਂ ਉਹੋ ਹੀ ਲਾਲਚ ਦੇ ਵਿੱਚ ਆ ਰਹੇ ਆ ਨਾ, ਅਸੀਂ ਛੋਟੇ ਛੋਟੇ ਲਾਲਚਾਂ ਵਿੱਚ ਅਸੀਂ ਆ ਗਏ ਤੇ ਉਹਦਾ ਗਨਾਹ ਅਸੀਂ ਦੂਜਿਆਂ ਨੂੰ ਕੱਢ ਕੇ ਦੇ ਰਹੇ ਹਾਂ ਵੀ ਫਲਾਣੇ ਨੇ ਪ੍ਰਚਾਰ ਨਹੀਂ ਕੀਤਾ ਇਸ ਕਰਕੇ ਜਾ ਰਹੇ ਆ। ਸੋ ਸ਼ੁਰੂ ਤੋਂ ਇਹੋ ਜਿਹੇ ਲੋਕ ਜਿਹੜੇ ਨਾਲ ਨੇ, ਜਿਹੜੇ ਤੁਰੇ ਫਿਰਦੇ ਆ ਔਰ ਛੋਟੇ ਛੋਟੇ ਲਾਭਾਂ ਵਾਸਤੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ
ਉੱਥੇ ਸਰਹੰਦ ਤੇ ਹਮਲਾ ਕੀਤਾ ਤੇ ਚੋਰ ਚੱਕੇ ਬੜੇ ਨਾਲ ਸੀ, ਉਹ ਪਹਿਲਾਂ ਅੱਗੇ ਜਾ ਕੇ ਲੁੱਟਣ ਡੇ ਪਏ ਤੇ ਜਦੋਂ ਅੱਗੋਂ ਉਹਨੂੰ ਪੈ ਗਏ ਉਹ ਮੁਗਲ ਪੈ ਗਏ ਤੇ ਪਛਾਣ ਨੂੰ ਭੱਜ ਉੱਠੇ ਉਹਦੇ ਬਾਬਾ ਜੀ, ਫੌਜ ਪਛਾਣ ਨੂੰ ਭੱਜ ਉੱਠੇ ਉਹਨੇ, ਇਹਦੇ ਆਪਣੇ ਨਹੀਂ ਗਏ ਉਹ ਤਾਂ ਲਟੇਰੇ ਹੈ। ਫਿਰ ਬਾਬਾ ਜੀ ਨੇ ਆਪ ਕਮਾਂਡ ਸੰਭਾਲ ਕੇ ਤੇ ਜਾ ਕੇ ਸਰਹੰਦ ਦੀ ਇੱਟ ਨੱਟ ਖੜਕਾਈ ਸੀ ਤੇ ਫਿਰ ਖਾਲਸੇ ਦਾ ਰਾਜ ਕਾਇਮ ਹੋਇਆ ਸੀ, ਛੋਟੇ ਸਾਹਿਬਜ਼ਾਦਿਆਂ ਦਾ ਬਦਲ ਹੋਇਆ ਸੀ। ਸੋ ਮੇਰੇ ਕਹਿਣ ਤੋਂ ਭਾਵ ਜਿਹੜੇ ਲੋਕ ਇੱਧਰ ਉੱਧਰ ਜਾ ਰਹੇ ਆ ਨਾ, ਹੁਣ ਉੱਧਰ ਵੀ ਉੱਧਰੋਂ ਵੀ ਭੱਜ ਕੇ ਇਹਨੂੰ ਆਉਣ ਡੇ ਪਿਆ, ਕਿਉਂਕਿ ਲੋਕ ਆ ਮੈਂ ਪਿੰਡ ਦੇ ਵਿੱਚ ਜਿਹੜੇ ਬੜੇ ਸੀ ਉਹਨਾਂ ਨੂੰ ਜਾ ਕੇ ਦੋ ਚਾਰੋਂ ਮਿਲਿਆ ਵੀ ਤੁਹਾਨੂੰ ਕਿ ਮਿਲਿਆ, ਕਹਿੰਦਾ ਸਾਨੂੰ ਤਾਂ ਇਤਨਾ ਲਾਲਚ ਦੇ ਕੇ ਲੈ ਗਏ ਸੀਗੇ ਤੇ ਸਾਹੀ ਤਾਂ ਉਸ ਗੱਲ ਦੀ ਗਲਤੀ ਤਸਲੀਮ ਕਰਦੇ ਆ ਕਿ ਸਾਨੂੰ ਤਾਂ ਲਾਲਚ ਦਿੰਦੇ ਸੀ, ਪੜ੍ਹਾਈ ਦਾ ਦਿੰਦੇ ਸੀ, ਦੂਸਰਾ ਦਿੰਦੇ, ਕਹਿੰਦਾ ਕੀਤਾ ਕਰਤਾ ਨਾ ਕੁਛ ਨਹੀਂ, ਗੱਡੀ ਨੂੰ ਕਹਿੰਦਾ ਬੰਦ ਕਰ ਦਿੱਤਾ, ਅਤੇ ਆਪਣੇ ਨੌਜਵਾਨਾਂ ਨੂੰ ਕਹਿੰਦੇ ਧੱਕਾ ਲਾਓ, ਗੁਰੂ ਨਾਨਕ ਸਾਹਿਬ ਦਾ ਨਾਂ ਲਓ, ਤੇ ਜਦੋਂ ਕਹਿੰਦੇ ਉਹਨਾਂ ਦਾ ਨਾਂ ਲੈ ਕੇ ਉਹ ਗੱਡੀ ਤਾਂ ਆਪ ਬੰਦ ਕੀਤੀ ਸੀ, ਫਿਰ ਉਹ ਜਾਂਦੇ ਉਹਦਾ ਈਸਾ ਮਸੀਹ ਦਾ ਨਾਂ ਲਓ, ਫਿਰ ਗੱਡੀ ਸਟਾਰਟ ਕਰਤੀ। ਸੋ ਇਹੋ ਜਿਹੜੇ ਲੋਕ ਨੇ ਉਹ ਭਰਮ ਭੁਲੇਖਿਆਂ 'ਚ ਪਾ ਕੇ ਕਈ ਵਾਰ ਸਾਡੇ ਧਰਮ ਦੇ ਲੋਕਾਂ ਨੂੰ, ਜਿਹੜੇ ਕਿਉਂਕਿ ਧਰਮ 'ਚ ਸਾਰੇ ਲੋਕ ਪੱਕੇ ਨਹੀਂ ਹੁੰਦੇ ਕਿਸੇ ਵੀ ਕੌਮ ਦੇ ਵਿੱਚ, ਕਹਿੰਦੇ ਸਾਡੇ ਨਹੀਂ, ਬਾਕੀ ਕੌਮਾਂ ਵਿੱਚ ਵੀ ਸਾਰੇ ਪੱਕੇ ਨਹੀਂ ਹੈਗੇ ਵੀ ਸਾਡੇ ਧਰਮਾਂ 'ਚ ਪੱਕੇ ਆ, ਚਾਹੇ ਆਪਣੇ ਸੰਤ ਕਹਿੰਦੇ ਹੁੰਦੇ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਵੀ ਜਿਹੜਾ ਸਿੱਖ ਆ ਉਹ ਤਾਂ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ, ਜਿਹੜਾ ਹਿੰਦੂ ਆ ਉਹ 12 ਤਿਲਕ ਲਾਵੇ, ਉਹ ਨਾਲ ਦੀ ਨਾਲ ਉਹ ਆਪਣਾ ਤਾਗਾ ਜਿਹੜਾ ਉਹ ਗਲ ਵਿੱਚ 9 ਧਾਗਿਆਂ ਦਾ ਤਾਗਾ ਬੰਨੇ, ਮੁਸਲਮਾਨ 5 ਵਕਤ ਨਮਾਜ਼ ਦੇਵੇ, ਹੁਣ ਨਾ ਤਾਂ ਸਾਰੇ ਮੁਸਲਮਾਨ 5 ਵਕਤ ਨਮਾਜ਼ ਜਿਹੜੇ ਪੜ੍ਹਦੇ ਆ, ਕਿਉਂਕਿ ਹਰ ਧਰਮ ਦੇ ਵਿੱਚ ਹੀ ਜਿਹੜੇ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ, ਤੇ ਨਾ ਤਾਂ ਇੱਥੇ ਕੋਈ ਉਹ 9 ਟਿੱਕੇ ਲਾਉਂਦੇ ਆ ਜਿਹੜੇ ਟਿੱਕਾ ਲਾਉਣਾ ਹੁੰਦਾ ਸੀ। ਸੋ ਇਸੇ ਤਰ੍ਹਾਂ ਸਾਡੇ ਧਰਮ ਵਿੱਚ ਵੀ ਕਈ ਲੋਕ ਜਿਹੜੇ ਐਸੇ ਆ ਜਿਹੜੇ ਜਿਹਨਾਂ ਨੂੰ ਕਈ ਵਾਰ ਮੱਛੀ ਜਿੰਨਾ ਚਿਰ ਪੱਥਰ ਨਹੀਂ ਨਾ ਚੱਟ ਲੈਂਦੀ ਤੇ ਪਿਛਾਂ ਵਾਪਸ ਨਹੀਂ ਮੁੜਦੀ, ਹੁਣ ਉਹ ਲੋਕ ਜਿਹੜੇ ਪੱਥਰ ਚੱਟ ਕੇ ਤੇ ਫਿਰ ਵਾਪਸੀ ਨੂੰ ਤੁਰ ਪਏ, ਇਹੋ ਜਿਹਾ ਜਿਹੜਾ ਕੰਮ ਆ ਕਈ ਵਾਰ ਇਹ ਗਾਏ ਬਗਾਏ ਹਰ ਕੌਮਾਂ ਦੇ ਵਿੱਚ ਹੁੰਦਾ ਰਹਿੰਦਾ ਹੈ। ਸੋ ਅਸੀਂ ਕਿਸੇ ਕੌਮ ਦੇ ਕਿਸੇ ਧਰਮ ਦੇ ਵਿਰੁੱਧ ਨਹੀਂ ਹੈਗੇ, ਕਿਉਂਕਿ ਸਾਡਾ ਧਰਮ ਤਾਂ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ। ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਾਡੇ ਧਰਮ ਦੇ ਸਭ ਤੋਂ ਲੇਟੈਸਟ ਧਰਮ ਸਾਡਾ ਹੈ ਮਾਡਰਨ ਧਰਮ, ਮਾਡਰਨ ਧਰਮ ਸਾਡਾ ਸਿੱਖ ਧਰਮ, ਔਰ ਉਹਦੇ ਵਿੱਚ ਸਾਰੀਆਂ ਪਰੰਪਰਾਵਾਂ ਸਾਰੇ ਸਿਧਾਂਤ ਜਿਹੜੇ ਹੈ, ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਸਾਰੇ ਸੰਸਾਰ ਨੇ ਗੁਰੂ ਮੰਨ ਲਿਆ ਹੈ, ਔਰ ਸੁਪਰੀਮ ਕੋਰਟ ਨੇ ਹਾਜ਼ਰ ਨਾਜ਼ਰ ਗੁਰੂ ਕਹਿਤਾ। ਆ ਜਦੋਂ ਕੋਵਿਡ ਆਇਆ ਤਾਂ ਉਦੋਂ ਲੋਕ ਘਰਾਂ 'ਚ ਵੜ ਗਏ ਤੇ ਸਿੱਖ ਜਿਹੜੇ ਸੀ ਉਹਨਾਂ ਗੁਰਦੁਆਰਿਆਂ 'ਚੋਂ ਬਾਹਰ ਨਿਕਲ ਆਏ, ਉਹਨਾਂ ਨੇ ਲੰਗਰ ਲਾ ਤੇ, ਆਕਸੀਜਨ ਦਾ ਲੰਗਰ ਲਾ ਤੇ, ਅਤੇ ਅਮੈਰੀਕਾ ਦੇ ਰਾਸ਼ਟਰਪਤੀ ਨੂੰ ਇਹ ਗੱਲ ਕਹਿਣੀ ਪਈ ਆ ਕਿ ਸਿੱਖ ਤੇ ਗੁਰਦੁਆਰੇ ਜਿਹੜੇ ਆ ਸਾਰੀ ਦੁਨੀਆਂ ਦੇ ਵਿੱਚ ਚਾਹੀਦੇ ਆ, ਇਹ ਤਾਂ ਕਹਿਣਾ ਪਿਆ ਕਿਉਂਕਿ ਸਾਡੇ ਬਹੁਤ ਵੱਡੀ ਸੇਵਾ ਦੇ ਸਾਡੇ ਵਿੱਚ ਮਾਦਾ ਹੈ, ਬਹੁਤ ਵੱਡਾ ਸਿਮਰਨ ਦਾ ਮਾਦਾ ਹੈ, ਔਰ ਸਾਡੇ ਗੁਰੂ ਗ੍ਰੰਥ ਸਾਹਿਬ ਇਹ ਸਾਰੇ ਧਰਮ ਨੂੰ ਸਾਰੇ ਸੰਸਾਰ ਨੂੰ ਗਵਾਹੀ ਦੇ ਸਕਦੇ ਆ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ, ਆਰਥਿਕ ਤੌਰ ਤੇ। ਵੱਖਰੀ ਗੱਲ ਆ ਕਿ ਕਈ ਵਾਰ ਕਈ ਲੋਕ ਜਾਣਦੇ ਬੁੱਝਦੇ ਵੀ ਜਿਹੜੇ ਆ ਉਹ ਸਿਧਾਂਤ ਤੋਂ ਕੰਨੀ ਜਿਹੜੇ ਆ ਕਤਰਾ ਜਾਂਦੇ ਆ। ਸੋ ਇਸ ਕਰਕੇ ਸਿੱਖ ਧਰਮ ਨੂੰ ਕੋਈ ਖਤਰਾ ਨਹੀਂ, ਸਿੱਖ ਖਤਰਾ ਤੇ ਕੁਛ ਆਪਣਿਆਂ ਤੋਂ ਹੀ ਖਤਰਾ ਹੈ ਕਿ ਬਾਹਰ ਤੋਂ ਕੋਈ ਖਤਰਾ ਖੁਤਰਾ ਨਹੀਂ ਗਾ ਸਿੱਖ ਕੌਮ ਨੂੰ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਧਰਮ ਨਾ ਬਦਲੋ ਔਰ ਅਮਾਨ ਨਾ ਬਦਲੋ, ਚੰਦ ਪੈਸਿਆਂ ਵਾਸਤੇ ਜਾਂ ਕੌਡੀਆਂ ਵਾਸਤੇ, ਜਾਂ ਸਾਡਾ ਇਤਿਹਾਸ ਹੀ ਇਹ ਗੱਲ ਆ ਵੀ ਅਸੀਂ ਹਮੇਸ਼ਾ ਹੀ ਸਿੱਖੀ ਸਿਧਾਂਤ ਤੇ ਖਲੋ ਕੇ ਸ਼ਹਾਦਤ ਦੀ ਵਿਦੇਤੀ ਖੋਪਰਾ ਵੀ ਲਵਾ ਲਿਆ, ਸੀਸ ਤਲੀ ਤੇ ਰੱਖ ਕੇ ਵੀ ਲੜਾ, ਉਹਨਾਂ ਦੀਆਂ ਧਾਰਨਾ ਆਪਾਂ ਜਿਹੜੀਆਂ ਨੇ ਆਪਣੇ ਸਾਹਮਣੇ ਰੱਖੀਏ, ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਚੰਨ ਮੰਨਦਾ। ਬਿਲਕੁਲ ਭਾਈ ਸਾਹਿਬ, ਇੱਕ ਆਖਰੀ ਸਵਾਲ ਹੈ ਮੇਰਾ। ਅਸੀਂ ਪੂਰੀ ਦੁਨੀਆ ਦੇ ਵਿੱਚ ਨਾਮ ਨਾ ਖੱਟਦੇ ਹਾਂ, ਜਦੋਂ ਅਸੀਂ ਪੂਰੀ ਦੁਨੀਆ ਦੇ ਵਿੱਚ ਅੱਗੇ ਆ ਕੇ ਜਿਵੇਂ ਤੁਸੀਂ ਦੱਸਿਆ ਆਕਸੀਜਨ ਦੇ ਅਸੀਂ ਲੰਗਰ ਲਗਾਏ, ਅਤੇ ਪੂਰੀ ਦੁਨੀਆ ਮੰਨਦੀ ਹੈ ਕਿ ਸਿੱਖੀ ਸਿਧਾਂਤਾਂ ਤੋਂ ਵੱਧ ਕੇ ਕੁਛ ਨਹੀਂ ਹੈ, ਸਿੱਖੀ ਸਿਧਾਂਤ ਸਰਵੋਤਮ ਮੰਨੇ ਜਾਂਦੇ ਆ ਪੂਰੀ ਦੁਨੀਆ 'ਚ, ਪਰ ਜਦੋਂ ਸਾਡੇ ਹੀ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਗੜ੍ਹ ਹੈ ਪੰਜਾਬ ਸਿੱਖੀ ਦਾ ਗੜ੍ਹ ਹੈ, ਅਤੇ ਇਹਨਾਂ ਪਿੰਡਾਂ ਦੇ ਵਿੱਚ ਹੀ ਜਦੋਂ ਲੋਕ ਇਸ ਗੱਲ ਕਰਕੇ ਨਿਰਾਸ਼ ਹੁੰਦੇ ਆ ਕਿ ਜੀ ਸਾਡੇ ਪਿੰਡਾਂ ਦੇ ਗੁਰਦੁਆਰੇ ਆ ਜਿਹੜੇ ਉਹ ਜਾਤੀ ਦੇ ਨਾਮ 'ਤੇ ਬਣਾਏ ਗਏ ਆ, ਅਤੇ ਜਦੋਂ ਇਹਨਾਂ ਕਾਰਨਾਂ ਕਰਕੇ ਗੁਰਦੁਆਰਿਆਂ ਦੇ, ਜਦੋਂ ਗੁਰਦੁਆਰਿਆਂ ਦੀ ਵੰਡੀ ਹੁੰਦੀ ਆ ਜਾਤ ਦੇ ਆਧਾਰ 'ਤੇ, ਜਿਹੜੇ ਧਰਮ ਦੇ ਵਿੱਚ ਜਿਹੜੇ ਪੰਥ ਦੇ ਵਿੱਚ ਜਾਤ ਦਾ ਭੇਦਭਾਵ ਕਿਤੇ ਹੈ ਹੀ ਨਹੀਂ, ਜਿਹੜਾ ਭੇਦਭਾਵ ਛੱਡ ਕੇ ਸਾਰਾ ਕੁਛ ਦੂਰ ਕਰਕੇ ਇੱਕ ਕੀਤਾ ਗਿਆ ਸੀ, ਉੱਥੇ ਇਹਨਾਂ ਵੰਡੀਆਂ ਦੀ ਜਦੋਂ ਖਬਰ ਆਉਂਦੀ ਹੈ ਤਾਂ ਲੋਕ ਨਿਰਾਸ਼ ਹੁੰਦੇ ਆ, ਅਤੇ ਇਹਦੇ ਲਈ ਕੀ ਕੌਣ ਜ਼ਿੰਮੇਵਾਰ ਹੈ ਅਤੇ ਕਿਹਨੂੰ ਕੋਈ ਕਿਹੜੀ ਕਾਰਵਾਈ ਕਰਨੀ ਚਾਹੀਦੀ ਹੈ?
ਇਹਦੇ ਲਈ ਸਾਡੀ ਹਉਮੈ ਜ਼ਿੰਮੇਵਾਰ ਆ, ਇਹਦੇ ਜੀ ਲਈ ਸਾਡੀ ਜਿਹੜੀ ਹਉਮੈ ਆ ਨਾ, ਜਿਹੜਾ ਹੰਕਾਰ ਆ, ਜਿਹੜੇ ਚੌਧਰਤਾ ਦੀ ਭੁੱਖ ਆ, ਜਿਹੜੇ ਸਾਡੇ ਕਮੇਟੀ ਮੈਂਬਰ ਬਣਨ ਦੀ ਭੁੱਖ ਆ, ਜਿਹੜੇ ਸਾਡੇ ਜਾ ਕੇ ਅਸੀਂ ਮਤਲਬ ਆਪਦੀ ਟੌਹਰ ਜਮਾਉਣ ਦੀ ਭੁੱਖ ਆ, ਉਹ ਸਾਡੀ ਦੇ ਵਾਸਤੇ ਜ਼ਿੰਮੇਵਾਰ ਆ। ਚਲੋ ਇੱਥੇ ਤਾਂ ਇਹ ਗੱਲ ਬਣ ਗਈ, ਵਿਦੇਸ਼ਾਂ ਵਿੱਚ ਅਸੀਂ ਜਾ ਕੇ ਵੇਖਿਆ, ਜੀ ਵਿਦੇਸ਼ਾਂ ਵਿੱਚ ਗੁਰਦੁਆਰੇ ਬਣੇ ਨੇ, ਉੱਥੇ ਵੀ ਇੱਥੇ ਤਾਂ ਚਲੋ ਆਪਾਂ ਕਹਿੰਦੇ ਪੋਲਿਟਿਕਸ ਦਾ ਕਰਕੇ ਲੜਦੇ ਜਾਂ ਦੂਜੇ, ਉੱਥੇ ਵੀ ਸਾਡੇ ਜਦੋਂ ਹੁੰਦੀਆਂ ਨੇ ਆਪਣੀਆਂ ਚੋਣਾਂ ਹੁੰਦੀਆਂ ਨੇ, ਤੇ ਸਾਡੇ ਦੋ ਧੜਿਆਂ ਦੇ ਸਿੱਖ ਹੀ ਜਿਹੜੇ ਲੜ ਪੈਂਦੇ ਆ, ਤੇ ਜਿਹੜੇ ਉੱਥੇ ਪੁਲਿਸ ਆ ਉਹ ਜੁੱਤੀਆਂ ਸਣੇ ਸਾਡੇ ਗੁਰਦੁਆਰਿਆਂ 'ਚ ਆਣ ਵੜਦੀ ਆ। ਪੰਜਾਬ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ, ਲੇਕਿਨ ਬਾਹਰ ਵੀ ਜਿਹੜੇ ਅਸੀਂ ਬੈਠੇ ਉੱਥੇ ਵੀ ਅਸੀਂ ਜਾਤੀ ਧਾਰਤ ਗੁਰਦੁਆਰੇ ਬਣਾ ਲਏ ਆ, ਕਈਆਂ ਥਾਵਾਂ ਤੇ ਬਣਾਏ ਆ, ਔਰ ਇੱਥੇ ਵੀ ਅਸੀਂ ਚੌਧਰਤਾ ਵਾਸਤੇ ਬਣਾ ਲਏ ਵੀ ਉਹ ਗੁਰਦੁਆਰੇ ਵਿੱਚ ਫਲਾਣੇ 'ਚ ਗਿਆ ਹਾਂ, ਤੇ ਉੱਥੇ ਮੈਨੂੰ ਮੇਰੀ ਹਉਮੈ ਨੂੰ ਪੱਠੇ ਨਹੀਂ ਪਏ, ਮੈਨੂੰ ਉੱਥੇ ਚੌਧਰਤੀ ਨਹੀਂ ਸਮਝਿਆ ਗਿਆ, ਮੈਨੂੰ ਪ੍ਰਧਾਨ ਨਹੀਂ ਬਣਾਇਆ ਗਿਆ, ਤੇ ਮੈਂ ਹੀ ਆਪਣਾ ਗੁਰਦੁਆਰਾ ਖੜਾ ਕਰ ਲਿਆ। ਜੀ ਤੋ ਇਹ ਹਾਲਾਤ ਜਿਹੜੇ ਆ, ਇਹ ਕਿਸੇ ਨਹੀਂ ਬਣਾਏ, ਅਸੀਂ ਆਪ ਹੀ ਬਣਾਏ ਆ, ਕਿਉਂਕਿ ਅਸੀਂ ਉਹਦੇ ਲਈ ਖੁਦ ਜ਼ਿੰਮੇਵਾਰ ਹਾਂ ਕਿ ਅਸੀਂ ਉਹ ਹਾਲਾਤ ਜਿਹੜੇ ਬਣਾਏ ਆ, ਇਹਦੇ ਲਈ ਕਿਸੇ ਨੂੰ ਆਪਾਂ ਦੋਸ਼ੀ ਨਹੀਂ ਸਮਝ ਸਕਦੇ ਕਿ ਫਲਾਣਾ ਬੰਦਾ ਉਹਦੇ ਵਾਸਤੇ ਦੋਸ਼ੀ ਆ, ਔਰ ਜੀ ਅਸੀਂ ਆਪ ਖੁਦ ਪੱਤੀਆਂ ਦੇ ਗੁਰਦੁਆਰੇ ਬਣਾ ਲਏ, ਅਸੀਂ ਜਿਹੜੇ ਸੀ ਉਹ ਆਪਣੇ ਜਾਤੀਵਾਦ ਤੇ ਬਣਾ ਲਏ, ਜਦੋਂ ਕਿ ਜਾਤੀਵਾਦ ਨੂੰ ਸਿੱਖੀ 'ਚ ਕੋਈ ਥਾਂ ਨਹੀਂ ਹੈਗਾ, ਕੋਈ ਜੀ ਜਾਤੀਵਾਦ ਨੂੰ ਥਾਂ ਨਹੀਂ ਹੈਗਾ। ਸਾਨੂੰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ, ਜੀ ਗੁਰੂ ਦੇ ਬਣਾਇਆ ਸੀ, ਉਹਨਾਂ ਨੇ ਆਖਿਆ ਜਾਤ ਪਾਤ ਤੋਂ ਰਹਿਤ ਹੋ ਗਿਆ, ਛੂਤ ਛਾਤ ਤੋਂ ਵੀ ਰਹਿਤ ਹੋ ਗਿਆ ਸਿੱਖ ਜਿਹੜਾ ਹੈ। ਤੇ ਜੀ ਅਸੀਂ ਮੈਂ ਵੀ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਛੋਟੇ ਛਾਟੇ ਹੈ ਨਾ, ਅੱਜ ਤੋਂ ਜੀ ਕੋਈ 40-50 ਸਾਲ ਪਹਿਲਾਂ, ਉਦੋਂ ਸਗੋਂ ਛੂਤ ਛਾਤ ਹੈਗੀ ਸੀ, ਉਦੋਂ ਅਸੀਂ ਕਿਸੇ ਦੂਸਰੀ ਜਾਤੀ ਦੇ ਬੰਦੇ ਤੋਂ ਪ੍ਰਸ਼ਾਦਾ ਨਹੀਂ ਪਿੰਡਾਂ 'ਚ ਛਕਦੇ, ਹੱਥ ਨਹੀਂ ਲੱਗਣ ਦਿੰਦੇ, ਅੱਜ ਸਾਡੇ ਪ੍ਰਸ਼ਾਦੇ ਵੀ ਪਕਾਉਂਦੇ ਆ, ਅੱਜ ਸਾਡੀਆਂ ਮੱਝਾਂ ਵੀ ਉਹ ਚੋਂਦੇ ਆ, ਗਾਵਾਂ ਵੀ ਉਹ ਚੋਂਦੇ ਆ, ਲੰਗਰਾਂ 'ਚ ਸੇਵਾ ਵੀ ਕਰਦੇ ਆ, ਉਹ ਗੱਲ ਘਟੀ ਅੱਗੇ ਨਾਲੋਂ, ਮੈਂ ਸਮਝਦਾ ਕਿ ਬਹੁਤ ਹੀ ਨਹੀਂ, 90% ਘੱਟ ਗਈ ਹੈ। ਜੀ ਲੇਕਿਨ ਜਿਹੜੇ ਗੁਰਦੁਆਰੇ ਹੁਣ ਬਣ ਗਏ, ਉਹ ਤਾਂ ਪਹਿਲਾਂ ਹੀ ਬਣਾ ਲਏ ਲੋਕਾਂ ਨੇ, ਅੱਜ ਤਾਂ ਗੁਰਦੁਆਰੇ ਬਣਾਉਣੇ ਹੀ ਬੰਦ ਕਰ ਦਿੱਤੇ, ਲੇਕਿਨ ਉਹ ਲੋਕਾਂ ਨੇ ਬਣਾ ਲਿਆ ਕਿ ਇਹ ਸਾਡਾ ਮਜ਼੍ਹਬੀ ਸਿੰਘਾਂ ਦਾ ਗੁਰਦੁਆਰਾ ਹੈ, ਸਾਡੇ ਰਾਮਗੜੀਆਂ ਦਾ ਗੁਰਦੁਆਰਾ, ਇਹ ਅੱਜ ਨਹੀਂ, ਜਦੋਂ ਪੁਰਾਣੇ ਸਿੱਖ ਸੀ, ਜਦੋਂ ਮਿਸਲਾਂ ਬਣੀਆਂ ਸੀ, ਉਦੋਂ ਵੀ ਕੋਈ ਰਾਮਗੜੀਆ ਮਿਸਲ ਬਣੀ ਸੀ, ਕੋਈ ਸ਼ਹੀਦਾਂ ਦੀ ਮਿਸਲ ਬਣੀ, ਕੋਈ ਜੀ ਹੋਰ ਬਣੀ ਸੀ, ਇਹ ਸ਼ੁਰੂ ਤੋਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਇਹ ਨੁਮਾਇੰਦਗੀ ਲੈਣ ਵਾਸਤੇ, ਹਾਸਲ ਕਰਨ ਵਾਸਤੇ ਜਿਹੜੇ ਆ ਉਹ ਸਾਡੇ ਕਰਦੇ ਰਹੇ ਆ। ਸੋ ਉਹਦੇ ਵਾਸਤੇ ਅਸੀਂ ਸਾਰੇ ਉਹਦੇ 'ਚ ਦੋਸ਼ੀ ਆ, ਕਿਸੇ ਇਕੱਲੇ ਨੂੰ ਅਸੀਂ ਦੋਸ਼ ਨਹੀਂ ਉੱਚ ਦੇ ਸਕਦੇ ਵੀ ਫਲਾਣੇ ਬੰਦੇ ਦਾ ਉਹਦੇ 'ਚ ਦੋਸ਼ ਆ। ਇਸ ਤਰ੍ਹਾਂ ਦੇ ਹੋਰ ਮਸਲਿਆਂ 'ਤੇ ਗੱਲਬਾਤ ਕਰਾਂਗੇ। ਪੰਜਾਬ ਪੰਜਾਬੀਅਤ ਨੂੰ ਕਿਵੇਂ ਜ਼ਿੰਦਾ ਰੱਖਿਆ ਜਾ ਸਕਦਾ ਅਤੇ ਕਿਵੇਂ ਸਮਾਜ ਦੀ ਭਲਾਈ ਦੇ ਲਈ, ਪੰਜਾਬ ਨੂੰ ਹੋਰ ਬਿਹਤਰ ਅਤੇ ਰਹਿਣ ਦੇ ਲਈ ਹੋਰ ਸੋਹਣੀ ਜਗ੍ਹਾ, ਖੂਬਸੂਰਤ ਜਗ੍ਹਾ ਬਣਾਇਆ ਜਾ ਸਕਦਾ ਹੈ, ਇਹਦੇ ਲਈ ਗੱਲਬਾਤ ਕਰਦੇ ਰਵਾਂਗੇ, ਸਹੀ ਸਵਾਲ ਚੱਕਦੇ ਰਵਾਂਗੇ ਅਤੇ ਜਾਣਦੇ ਰਵਾਂਗੇ ਕੀ ਹਾਲ ਹੈ ਪੰਜਾਬ ਦਾ, ਅਤੇ ਇਸੇ ਤਰ੍ਹਾਂ ਲੈ ਕੇ ਆਉਂਦੇ ਰਵਾਂਗੇ ਹੋਰ ਪ੍ਰੋਗਰਾਮ। ਦੇਖਦੇ ਰਹੋ ਪੰਜਾਬ ਟੂਡੇ।